अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। देश विदेश विच अकाल चैनल दे नाल जुड़े हुए सारे ही दर्शकों का प्रोग्राम सांझ क्रीजे दे विच स्वागत करते हैं जी। सारे नू प्रोग्राम दे विच जी आइयां नू आखदे हां। आओ पहलां फतेह दे नाल सांझ पाईए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਾਂਝ ਕਰੀਜੇ ਦੇ ਰਾਹੀਂ ਸਾਡੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਕੁਝ ਅਜਿਹੇ ਵਿਸ਼ਿਆਂ ਦੇ ਨਾਲ ਸਾਂਝ ਪਾਈ ਜਾਵੇ ਜਿੱਥੋਂ ਅਸੀਂ ਕੁਝ ਨਾ ਕੁਝ ਸਿੱਖ ਸਕੀਏ, ਸਿੱਖਣ ਦਾ ਯਤਨ ਕਰ ਸਕੀਏ। ਚਾਹੇ ਉਹ ਕਿਸੇ ਵੀ ਵਿਸ਼ਾ ਜਿਹੜਾ ਹੈ, ਉਹ ਕਿਸੇ ਵੀ ਧਿਰ ਦੇ ਨਾਲ ਜਾਂ ਕਿਸੇ ਵੀ ਖਿੱਤੇ ਦੇ ਨਾਲ ਸੰਬੰਧਿਤ ਕਿਉਂ ਨਾ ਹੋਵੇ, ਖਾਸ ਤੌਰ 'ਤੇ ਸਾਡੀ ਜਿਹੜੀ ਪਕੜ ਹੁੰਦੀ ਉਹ ਇਹੀ ਹੁੰਦੀ ਵੀ ਅਸੀਂ ਗੁਰਮਤਿ ਦੇ ਨਾਲ ਜੁੜਿਆ ਹੋਇਆ, ਸਮਾਜ ਦੇ ਨਾਲ ਜੁੜਿਆ ਹੋਇਆ, ਮਨੁੱਖਤਾ ਦੇ ਨਾਲ ਜੁੜਿਆ ਹੋਇਆ ਵਿਸ਼ਾ ਲੈ ਕੇ ਆਈਏ ਅਤੇ ਉਹਦਾ ਗੁਰਮਤ ਦਾ ਪੱਖ ਜਿੱਥੇ ਸਪਸ਼ਟ ਕਰੀਏ, ਉੱਥੇ ਸਮਾਜਿਕ ਪੱਖ ਨੂੰ ਵੀ ਜਿਹੜਾ ਨਾਲ ਦੇ ਨਾਲ ਸਮਝਣ ਦਾ ਯਤਨ ਕਰੀਏ। ਅਤੇ ਖਾਸ ਤੌਰ 'ਤੇ ਅਸੀਂ ਇਨਵਾਈਟ ਕਰਦੇ ਹਾਂ ਅਜਿਹੀਆਂ ਸਿੱਖ ਸ਼ਖਸੀਅਤਾਂ ਨੂੰ ਜੋ ਆਪਣੇ ਜੀਵਨ ਦੇ ਵਿੱਚ, ਆਪਣੇ ਜੀਵਨ ਰੋਹ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਮਨੁੱਖਤਾ ਦੀ ਖਾਤਰ, ਧਰਮ ਪ੍ਰਚਾਰ ਦੀ ਖਾਤਰ, ਧਰਮ ਦੇ ਪ੍ਰਸਾਰ ਦੀ ਖਾਤਰ ਯਤਨ ਕਰ ਰਹੀਆਂ ਹੁੰਦੀਆਂ ਨੇ। ਅਤੇ ਅਜਿਹੀਆਂ ਸਿੱਖ ਸ਼ਖਸੀਅਤਾਂ ਦੇ ਰੂਬਰੂ ਆਪ ਸਾਰੇ ਦਰਸ਼ਕਾਂ ਨੂੰ ਕਰਾਉਂਦੇ ਹਾਂ ਅਤੇ ਉਹਦੇ ਨਾਲ ਹੀ ਅਸੀਂ ਇੱਕ ਵਿਸ਼ਾ ਲੈਂਦੇ ਹਾਂ ਕਿ ਉਸ ਵਿਸ਼ੇ ਦੇ ਬਾਰੇ ਵੀ ਜਿਹੜੀ ਹੈ ਅਸੀਂ ਉਹਨਾਂ ਸਿੱਖ ਸ਼ਖਸੀਅਤਾਂ ਕੋਲੋਂ ਜਾਣਕਾਰੀ ਹਾਸਲ ਕਰ ਸਕੀਏ ਤਾਂ ਕਿ ਸਾਡੀ ਇਨਫੋਰਮੇਸ਼ਨ ਦੇ ਵਿੱਚ ਜਿੱਥੇ ਵਾਧਾ ਹੋਵੇ ਉੱਥੇ ਨਾਲ ਹੀ ਸਾਨੂੰ ਕੁਝ ਸਿੱਖਣ ਨੂੰ ਵੀ ਮਿਲ ਸਕੇ। ਅੱਜ ਵੀ ਕੁਝ ਅਜਿਹੇ ਹੀ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਚਰਚਾ ਦੇ ਵਿੱਚ ਅੱਜ ਸ਼ਾਮਿਲ ਹੋਣਗੇ ਬਹੁਤ ਸਤਿਕਾਰਯੋਗ ਸ਼ਖਸੀਅਤ, ਗੁਰੂ ਨਾਨਕ ਦੇਵ ਸੰਗੀਤ ਅਕੈਡਮੀ ਦੇ ਸੰਸਥਾਪਕ ਜੋ ਉਹਨੂੰ ਇਸ ਵਕਤ ਚਲਾ ਰਹੇ ਨੇ ਅਤੇ ਨਾਲ ਦੀ ਨਾਲ ਬਤੌਰ ਸੰਗੀਤ ਅਧਿਆਪਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਆਪਣੀਆਂ ਸੇਵਾਵਾਂ ਵੀ ਦਿੰਦੇ ਆ ਰਹੇ ਨੇ ਅਤੇ ਅਕਸਰ ਅਸੀਂ ਉਹਨਾਂ ਨੂੰ ਆਲ ਇੰਡੀਆ ਰੇਡੀਓ ਦੇ ਉੱਤੋਂ ਵੀ ਸੁਣਦੇ ਹਾਂ। ਗੁਰਮਤਿ ਸੰਗੀਤ ਦੇ ਖੇਤਰ ਦੇ ਵਿੱਚ ਉਹਨਾਂ ਨੇ ਵੱਡੀਆਂ ਪ੍ਰਾਪਤੀਆਂ ਵੀ ਕੀਤੀਆਂ ਨੇ ਅਤੇ ਗਾਂਹ ਸਿੱਖ ਬੱਚਿਆਂ ਨੂੰ, ਸਿੱਖ ਸਮਾਜ ਦੇ ਬੱਚਿਆਂ ਨੂੰ ਅਤੇ ਬਿਨਾਂ ਕਿਸੇ ਭੇਦਭਾਵ ਦੇ ਕਿਸੇ ਵੀ ਧਰਮ, ਜਾਤ ਜਾਂ ਮਜ਼ਹਬ ਦੇ ਬੱਚੇ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਜਿਹੜੀ ਹੈ ਉਹ ਦਿੰਦੇ ਆ ਰਹੇ ਨੇ ਅਤੇ ਵਿਸ਼ਾ ਵੀ ਸਾਡਾ ਇਹੀ ਹੋਵੇਗਾ ਵੀ ਗੁਰਮਤਿ ਸੰਗੀਤ ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ। ਕਿਉਂਕਿ ਗੁਰਬਾਣੀ ਅੰਦਰ ਜੇਕਰ ਗੱਲ ਕਰਦੇ ਹਾਂ ਤਾਂ ਜਿਹੜੀ ਗੁਰਬਾਣੀ ਦੀ ਰਚਨਾ ਕੀਤੀ ਗਈ ਹੈ ਉਹ ਵੀ ਸੰਗੀਤ ਦੇ ਅਧੀਨ ਭਾਵ ਰਾਗਾਂ ਦੇ ਅਧੀਨ ਹੈ। 31 ਰਾਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਉੱਥੇ ਹੋਰ ਵੀ ਜਿਹੜੀ ਆ ਉਸ ਵੇਲੇ ਦੀਆਂ ਗਾਇਨ ਸ਼ੈਲੀਆਂ ਪ੍ਰਚਲਿਤ ਸੀਗੀਆਂ ਉਹਨਾਂ ਦਾ ਜ਼ਿਕਰ ਵੀ ਜਿਹੜਾ ਹੈ ਉਹ ਬਾਣੀ ਦੇ ਵਿੱਚ ਆਉਂਦਾ ਹੈ। ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਸਰਦਾਰ ਬਲਬੀਰ ਸਿੰਘ ਜੀ ਹੰਸਪਾਲ ਹੁਣ ਦਾ ਪ੍ਰੋਗਰਾਮ ਸਾਂਝ ਕ੍ਰਿਜ ਦੇ ਵਿੱਚ ਆਪ ਜੀ ਨੂੰ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਲਬੀਰ ਸਿੰਘ ਜੀ, ਜਦੋਂ ਅਸੀਂ ਗੁਰਮਤਿ ਸੰਗੀਤ ਦੀ ਗੱਲ ਕਰਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੀ ਗੱਲ ਕਰਦੇ ਹਾਂ ਜਾਂ ਸ਼ੁਰੂਆਤ ਦੀ ਜਦੋਂ ਗੱਲ ਤੁਰਦੀ ਹੈ, ਸਿੱਖ ਵਿਚਾਰਧਾਰਾ ਦਾ ਜਦੋਂ ਜਨਮ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਸਾਥੀ ਮਰਦਾਨੇ ਦਾ ਜ਼ਿਕਰ ਹੁੰਦਾ ਹੈ, ਜਦੋਂ ਮਰਦਾਨੇ ਦਾ ਜ਼ਿਕਰ ਹੁੰਦਾ ਹੈ ਤਾਂ ਉਹਦੀ ਰਬਾਬ ਦਾ ਜ਼ਿਕਰ ਆਉਂਦਾ ਹੈ, ਜਦੋਂ ਰਬਾਬ ਦਾ ਜ਼ਿਕਰ ਹੁੰਦਾ ਫਿਰ ਗੁਰਬਾਣੀ ਦੇ ਕੀਰਤਨ ਦੀ ਗੱਲ ਹੈ ਜਾਂ ਗੁਰਬਾਣੀ ਨੂੰ ਗਾਇਣ ਦੀ ਗੱਲ ਹੈ ਉਹ ਵੀ ਉੱਭਰ ਕੇ ਸਾਹਮਣੇ ਆਉਂਦੀ ਵੀ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਵੀ ਜਾਂਦੇ ਉੱਥੇ ਉਹ ਕੀਰਤਨ ਦੇ ਰਾਹੀਂ ਲੁਕਾਈ ਨੂੰ ਆਪਣੇ ਨਾਲ ਜੋੜਦੇ, ਫਿਰ ਉਸ ਕੀਰਤਨ ਦਾ ਭਾਵ ਗੁਰਬਾਣੀ ਦਾ ਉਹ ਸਿੱਖ ਸੰਗਤਾਂ ਨੂੰ ਸਮਝਾਉਂਦੇ ਸਨ ਅਤੇ ਸੰਗਤਾਂ ਉਸ ਭਾਵ ਨੂੰ ਬਹੁਤ ਸਹਿਜ ਤਰੀਕੇ ਦੇ ਨਾਲ ਸਮਝ ਲੈਂਦੀਆਂ ਸੀ। ਸੋ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹਾਂਗਾ ਕਿ ਤੁਹਾਡਾ ਜਿਹੜਾ ਝੁਕਾਅ ਹੈ ਜਾਂ ਲਗਨ ਹੈ ਉਹ ਸੰਗੀਤ ਪ੍ਰਤੀ ਕਿਵੇਂ ਪੈਦਾ ਹੋਈ। ਮੈਂ ਜੀ ਇਹ ਦੱਸਣਾ ਚਾਹਾਂਗਾ ਜੀ ਕਿ ਸੰਗੀਤ ਪ੍ਰਤੀ ਮੇਰਾ ਝੁਕਾਅ ਜਿਹੜਾ ਉਹ ਮੈਨੂੰ ਮੇਰੇ ਦਾਦਾ ਜੀ ਤੋਂ ਮਿਲਿਆ ਜੀ, ਕਿਉਂਕਿ ਮੇਰੇ ਦਾਦਾ ਜੀ ਸਰਦਾਰ ਦਲੀਪ ਸਿੰਘ ਜੀ ਦੀਪ ਆਪਣੇ ਸਮੇਂ ਦੇ ਬਹੁਤ ਵਧੀਆ ਲੋਕ ਗਾਇਕ ਸਨ। ਉਹਨਾਂ ਦੇ ਆਪਣੇ ਕਾਫੀ HMV ਦੇ ਵਿੱਚ ਗ੍ਰਾਮਾਫੋਨ ਰਿਕਾਰਡ ਵੀ ਸਨ ਜੀ, ਆਪਣੇ ਲਿਖੇ ਹੋਏ ਅਤੇ ਆਪਣੇ ਸੁਰਬੱਧ ਕੀਤੇ ਆਪਣੇ ਗਾਏ। ਘਰ ਦੇ ਵਿੱਚ ਸੰਗੀਤ ਦਾ ਮਾਹੌਲ, ਸੰਗੀਤ ਦੀ ਗੰਗਾ ਵਗ ਰਹੀ ਸੀ ਜੀ, ਅਤੇ ਉਸ ਮਾਹੌਲ ਦੇ ਵਿੱਚ ਜਦੋਂ ਮੈਨੂੰ ਬਾਲੜੀ ਉਮਰ ਦੇ ਵਿੱਚ ਸਮਝ ਆਉਣੀ ਸ਼ੁਰੂ ਹੋਈ ਜੀ, ਤਾਂ ਮੈਂ ਉਸਦੇ ਵਿੱਚ ਆਪਣਾ ਚੁੱਭੀਆਂ ਲਗਾਉਣੀਆਂ ਸ਼ੁਰੂ ਕੀਤੀਆਂ ਜੀ। ਇਸ ਤਰ੍ਹਾਂ ਕਰਦੇ ਕਰਦੇ ਪਹਿਲੀ ਵਾਰ ਮੇਰੇ ਦਾਦਾ ਜੀ ਨੇ ਮੈਨੂੰ 3 ਕਲਾਸ ਦੇ ਵਿੱਚ ਜਦੋਂ ਮੈਂ ਪੜ੍ਹਦਾ ਸੀਗਾ ਤਾਂ ਉਦੋਂ ਸਕੂਲ ਵੱਲੋਂ ਇੱਕ ਮੁਕਾਬਲਾ, ਗਾਇਨ ਦਾ ਮੁਕਾਬਲਾ ਜਿਹੜਾ ਕਿ ਕਿਸੇ ਸੰਸਥਾ ਵੱਲੋਂ ਕਰਵਾਇਆ ਗਿਆ ਜੀ, ਉਹਦੇ ਵਾਸਤੇ ਮੈਨੂੰ ਤਿਆਰ ਕੀਤਾ
ਮੈਂ ਅਣਜਾਣੇ ਵਿੱਚ ਜਿਸ ਤਰ੍ਹਾਂ ਮੈਨੂੰ ਸਿਖਾਇਆ ਗਿਆ ਜਾਂ ਕਹਿ ਲਓ ਵੀ ਜਿਸ ਤਰ੍ਹਾਂ ਰਟਾਇਆ ਗਿਆ ਜੀ, ਮੈਂ ਉਸੇ ਤਰ੍ਹਾਂ ਹੀ ਸਟੇਜ 'ਤੇ ਜਾ ਕੇ ਉਹਦੀ ਪਰਫਾਰਮੈਂਸ ਦਿੱਤੀ ਜੀ। ਅਤੇ ਉਹਦੇ ਵਿੱਚ ਉਹ ਪਰਫਾਰਮੈਂਸ ਐਡੀ ਵਧੀਆ ਗਈ ਕਿ ਮੈਨੂੰ ਉੱਥੋਂ ਇਨਾਮ ਵੀ ਪ੍ਰਾਪਤ ਹੋਇਆ, ਪੋਜੀਸ਼ਨ ਆਈ ਜੀ। ਉਸ ਪੋਜੀਸ਼ਨ, ਪਹਿਲੀ ਪੋਜੀਸ਼ਨ ਨੇ ਸਟੇਜ ਦੇ ਉੱਪਰ ਮੇਰਾ ਉਤਸ਼ਾਹ ਇੰਨਾ ਵਧਾ ਦਿੱਤਾ ਬਿਲਕੁਲ ਕਿ ਮੇਰੀ ਉਹ ਜਿਹੜੀ ਇੱਕ ਚਟਕ ਸੀਗੀ ਜੀ, ਉਹ ਹੌਲੀ ਹੌਲੀ ਪ੍ਰਫੁੱਲਿਤ ਹੁੰਦੀ ਗਈ ਜੀ। ਅਤੇ ਮੇਰਾ ਧਿਆਨ ਉੱਧਰ ਨੂੰ ਝੁਕਾ ਜਿਹੜਾ ਉਹ ਹੋਰ ਵੱਧਦਾ ਗਿਆ ਜੀ ਜੀ। ਅਤੇ ਇਸੇ ਤਰ੍ਹਾਂ ਹੀ ਤੀਸਰੀ ਕਲਾਸ ਤੋਂ ਮੈਂ ਸੰਗੀਤ ਦੇ ਨਾਲ ਜੁੜਿਆ ਜੀ ਜੀ। ਅੱਜ ਤੱਕ ਮੈਂ ਸੰਗੀਤ ਦੇ ਵਿੱਚ ਬਹੁਤ ਕੁਝ ਸਿੱਖ ਰਿਹਾ ਜੀ, ਅਤੇ ਅੱਗੇ ਜੋ ਵਿਦਿਆਰਥੀਆਂ ਨੂੰ ਇਹ ਸਿਖਾ ਵੀ ਰਿਹਾ ਜੀ ਜੀ। ਬਿਲਕੁਲ, ਕਿਉਂਕਿ ਜੇ ਤੁਸੀਂ ਗੱਲ ਕਰਦੇ ਹਾਂ ਵੀ ਤੁਸੀਂ ਇੱਕ ਗੁਰੂ ਨਾਨਕ ਦੇਵ ਸੰਗੀਤ ਅਕੈਡਮੀ ਰਨ ਕਰ ਰਹੇ ਹੋ, ਇੱਕ ਲੰਮੇ ਸਮੇਂ ਤੋਂ ਤੁਸੀਂ ਆਪਣੀਆਂ ਬਤੌਰ ਸੰਗੀਤ ਅਧਿਆਪਕ ਸੇਵਾਵਾਂ ਹੁਣ ਤੱਕ ਦਿੰਦੇ ਆ ਰਹੇ ਹੋ, ਜਿਹੜੀ ਸੰਗੀਤ ਅਕੈਡਮੀ ਦੀ ਸਥਾਪਨਾ ਦੀ ਗੱਲ ਹੈ ਜਾਂ ਇਹਦੀ ਸ਼ੁਰੂਆਤ ਤੁਸੀਂ ਕਿਵੇਂ ਕੀਤੀ ਸੀਗੀ? ਸੰਗੀਤ ਅਕੈਡਮੀ ਦੀ ਸ਼ੁਰੂਆਤ ਅਸਲ ਦੇ ਵਿੱਚ ਮੇਰੇ ਤੋਂ ਪਹਿਲਾਂ ਮੇਰੇ ਦਾਦਾ ਜੀ ਨੇ ਜੀ ਦੀਪ ਮਿਊਜ਼ਿਕ ਕਾਲਜ ਦੇ ਨਾਂ ਹੇਠ ਲੁਧਿਆਣਾ ਵਿਖੇ ਭਾਰਤ ਨਗਰ ਚੌਂਕ ਦੇ ਲਾਗੇ ਜੀ ਉਹਨਾਂ ਨੇ ਆਪਣਾ ਕਾਲਜ ਚਲਾ ਰਹੇ ਸੀ ਜੀ। ਉਸ ਤੋਂ ਬਾਅਦ ਜਦੋਂ ਹੀ ਲੁਧਿਆਣੇ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਸ਼ਿਫਟ ਕੀਤਾ ਜੀ, ਤਾਂ ਫਿਰ ਇੱਥੇ ਉਹਨਾਂ ਨੇ ਆਪਣੀ ਰਿਹਾਇਸ਼ ਦੇ ਵਿੱਚ ਹੀ ਜਿਹੜੀ ਸੰਗੀਤ ਦੀ ਕਲਾਸ ਹੈ ਉਹ ਸ਼ੁਰੂ ਕੀਤੀ। ਅਤੇ ਇਹ ਅਕੈਡਮੀ ਪਹਿਲਾਂ ਦੀਪ ਮਿਊਜ਼ਿਕ ਕਾਲਜ ਦੇ ਨਾਂ ਹੇਠ ਚੱਲ ਰਹੀ ਸੀ ਜੀ, ਪਰ ਜਿਉਂ ਮੈਂ ਇਸ ਸੰਗੀਤ ਦੇ ਵਿੱਚ ਕੁਆਲੀਫਾਈ ਕੀਤਾ, ਇਸ ਦੀ ਯੋਗਤਾ ਪੂਰੀ ਕੀਤੀ, ਤਾਂ ਫਿਰ ਪ੍ਰਾਚੀਨ ਕਲਾ ਕੇਂਦਰ ਤੋਂ ਇਸ ਦੀ ਮਾਨਤਾ ਲਈ ਜੀ। ਅਤੇ ਉਸ ਵੇਲੇ ਮਾਨਤਾ ਅਧੀਨ ਅਸੀਂ ਇਸ ਦਾ ਨਾਮ ਗੁਰੂ ਨਾਨਕ ਦੇਵ ਸੰਗੀਤ ਅਕੈਡਮੀ ਦੇ ਨਾਮ ਹੇਠ ਦਰਜ ਕਰਵਾਇਆ ਜੀ ਜੀ। ਇਹ ਕਿੰਨੇ ਕੁ ਵਿਦਿਆਰਥੀ ਜਿਹੜੇ ਨੇ ਹੁਣ ਤੱਕ ਇੱਥੋਂ ਸਿੱਖਿਆ ਲੈ ਚੁੱਕੇ ਨੇ ਜਾਂ ਲੈ ਰਹੇ ਨੇ ਇਸ ਵਕਤ? ਦੇਖੋ, ਕਾਫੀ ਵਿਦਿਆਰਥੀ ਜਿਹੜੇ ਨੇ ਸਾਡੀ ਅਕੈਡਮੀ 'ਚੋਂ ਸੰਗੀਤ ਦੀ ਸਿੱਖਿਆ ਲੈ ਚੁੱਕੇ ਨੇ ਜੀ, ਜੋ ਕਿ ਇਸ ਵੇਲੇ ਵੱਖ ਵੱਖ ਖੇਤਰਾਂ ਦੇ ਵਿੱਚ ਜੀ ਕਈ ਸਕੂਲਾਂ ਕਾਲਜਾਂ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬਾਨ ਦੇ ਵਿੱਚ ਜੀ ਆਪਣੀ ਸੇਵਾਵਾਂ ਜਿਹੜੀਆਂ ਉਹ ਦੇ ਰਹੇ ਨੇ ਜੀ ਜੀ। ਅਤੇ ਕੁਝ ਇੱਕ ਜਿਹੜੇ ਕਿ ਨੌਕਰੀ ਵੱਲ ਨਹੀਂ ਗਏ ਜੀ, ਪਰ ਉਹ ਪ੍ਰੋਫੈਸ਼ਨਲੀ ਇੱਕ ਕਲਾਕਾਰ ਦੇ ਤੌਰ 'ਤੇ ਸਟੇਜਾਂ ਦੇ ਉੱਪਰ ਆਪਣੀ ਪਰਫਾਰਮੈਂਸ ਜਿਹੜੀ ਉਹ ਬਹੁਤ ਅੱਛੀਆਂ ਸੇਵਾਵਾਂ ਜਿਹੜੀਆਂ ਨਿਭਾ ਰਹੇ ਨੇ, ਜੋ ਕਿ ਸਾਡੇ ਪੰਜਾਬੀ ਕਲਚਰ ਨਾਲ ਜੁੜਿਆ ਹੋਇਆ ਹੈ, ਉਹਦੀ ਉਹ ਵਿੱਚ ਆਪਣੀਆਂ ਸੱਭਿਆਚਾਰਕ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਨੇ ਜੀ ਜੀ। ਬਿਲਕੁਲ, ਜਦੋਂ ਅਸੀਂ ਗੁਰਮਤਿ ਸੰਗੀਤ ਦੀ ਗੱਲ ਕਰਦੇ ਹਾਂ ਜਾਂ ਸੰਗੀਤ ਦਾ ਵਿਸ਼ਾ ਸਾਡੇ ਸਾਹਮਣੇ ਆਉਂਦਾ ਹੈ, ਤਾਂ ਇੱਕ ਬੜਾ ਚਾਓ ਜਿਹੇ ਵਾਲਾ ਵਿਸ਼ਾ ਹੈ, ਅਤੇ ਬੱਚਿਆਂ ਦੇ ਵਿੱਚ ਅਕਸਰ ਅੱਜ ਕੱਲ੍ਹ ਦੇ ਸਮੇਂ 'ਚ ਬਹੁਤ ਇੱਕ ਰੁਝਾਨ ਬਣ ਗਿਆ, ਜਦੋਂ ਤੋਂ ਟੀ ਵੀ ਦੇ ਉੱਤੇ ਰਿਐਲਿਟੀ ਸ਼ੋਅ ਹੋਏ ਨੇ, ਸ਼ੁਰੂ ਹੋਏ ਨੇ। ਪਹਿਲਾਂ ਸੀਗਾ, ਪਰ ਪਹਿਲਾਂ ਕਿਤੇ ਨਾ ਕਿਤੇ ਸ਼ਾਇਦ ਇਹ ਪਿੱਛੇ ਥੋੜ੍ਹਾ ਜਿਹਾ ਚੱਲ ਰਿਹਾ ਸੀ, ਭਾਵੇਂ ਬਹੁਤ ਵੱਡੀ ਗਿਣਤੀ ਵਿੱਚ ਉਸ ਵੇਲੇ ਲੋਕ ਮਿਊਜ਼ਿਕ ਨਾਲ ਜੁੜੇ ਹੋਏ ਸੀਗੇ, ਪਰ ਆਮ ਪੱਧਰ ਦੇ ਉੱਤੇ ਅਜੇ ਇਹ ਲੋਕ ਇੰਨੇ ਅਵੇਅਰ ਨਹੀਂ ਸੀ ਵੀ ਸਾਡਾ ਬੱਚਾ ਵੀ ਜਿਹੜਾ ਉਹ ਗਾਇਕ ਬਣੇ ਜਾਂ ਇਸ ਖੇਤਰ ਦੇ ਵਿੱਚ ਜਾਵੇ ਜਾਂ ਉਹ ਬਤੌਰ ਰਾਗੀ ਸਿੰਘ ਦੇ ਤੌਰ 'ਤੇ ਕੀਰਤਨ ਕਰੇ। ਪਰ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਤੇਜ਼ੀ ਦੇ ਨਾਲ ਰੁਝਾਨ ਜਿਹੜਾ ਮਿਊਜ਼ਿਕ ਇੰਡਸਟਰੀ ਵਾਲੇ ਜਾਂ ਕਹਿ ਲਈਏ ਸੰਗੀਤ ਵਾਲੇ ਪਾਸੇ ਆਇਆ, ਬਹੁਤ ਸੋਹਣਾ, ਬਹੁਤ ਸੋਹਣੇ ਕੀਰਤਨੀਆਂ ਵੀ ਪੈਦਾ ਹੋਏ ਨੇ ਜਿਹੜੇ ਬਹੁਤ ਵਧੀਆ ਢੰਗ ਦੇ ਨਾਲ ਕੀਰਤਨ ਕਰ ਰਹੇ ਨੇ, ਕੁਝ ਭਾਵੇਂ ਉਹ ਰੀਤਾਂ ਗਾ ਰਹੇ ਨੇ ਜਾਂ ਲਾਈਟ ਗਾਇਕੀ ਆਪਾਂ ਜਿਹਨੂੰ ਕਹਿੰਦੇ ਨੇ ਉਹ ਕੀਤੀ ਜਾ ਰਹੀ ਹੈ, ਅਤੇ ਕਿਤੇ ਨਾ ਕਿਤੇ ਕਲਾਸੀਕਲ ਸੰਗੀਤ ਦੇ ਵਿੱਚ ਵੀ ਬੜੇ ਤੁਰੰਤਰ ਜਿਹੜੇ ਨੇ ਹੁਣ ਤੱਕ ਗਵੱਈਏ ਹੁਣ ਤੱਕ ਅਸੀਂ ਪੈਦਾ ਕਰ ਚੁੱਕੇ ਹਾਂ ਗੁਰਮਤਿ ਸੰਗੀਤ ਦੇ ਖੇਤਰ ਦੇ ਵਿੱਚ। ਇਹ ਗੁਰਮਤਿ ਸੰਗੀਤ ਅਤੇ ਜਿਹੜਾ ਭਾਰਤੀ ਸ਼ਾਸਤਰੀ ਸੰਗੀਤ ਹੈ, ਇਹਨਾਂ ਦੋਨਾਂ ਦੇ ਵਿੱਚ ਕਿੱਥੇ ਤੁਸੀਂ ਸਮਝਦੇ ਵੀ ਕੋਈ ਫਰਕ ਹੈ ਜਿਹੜਾ? ਹਾਂਜੀ, ਦੇਖੋ, ਭਾਰਤੀ ਸ਼ਾਸਤਰੀ ਸੰਗੀਤ ਜਿਹੜਾ ਉਹਦਾ ਇੱਕ ਆਪਣਾ ਸਥਾਨ ਹੈ ਜੀ। ਜੇ ਅਸੀਂ ਗੱਲ ਕਰਦੇ ਹਾਂ ਗੁਰਮਤਿ ਸੰਗੀਤ ਦੀ ਜੀ ਜੀ, ਉਹ ਭਾਰਤੀ ਸੰਗੀਤ ਨਾਲੋਂ ਬਿਲਕੁਲ ਵੱਖਰਾ ਜੀ। ਗੁਰਮਤਿ ਕਹਿਣ ਤੋਂ ਭਾਵ ਸਾਡੇ ਗੁਰੂ ਸਾਹਿਬਾਨ ਦੁਆਰਾ ਜੋ ਗੁਰਬਾਣੀ ਰਚੀ ਗਈ ਜੀ ਜੀ, ਜੋ ਇਲਾਹੀ ਗੁਰਬਾਣੀ ਉਹਨਾਂ ਨੇ ਸਾਨੂੰ ਦਿੱਤੀ ਜੀ, ਅਸੀਂ ਉਸ ਦਾ ਗਾਇਨ ਕਰਨਾ, ਉਸ ਇਲਾਹੀ ਬਾਣੀ ਦਾ ਗਾਇਨ ਕਰਨਾ ਜੀ, ਜੋ ਕਿ ਗੁਰਮਤਿ ਸੰਗੀਤ ਦਾ ਆਧਾਰ ਹੈ। ਬਿਲਕੁਲ ਜੀ।
ਸ਼ਾਸਤਰੀ ਸੰਗੀਤ ਦੇ ਵਿੱਚ ਕਿਉਂਕਿ ਜੋ ਗਾਇਕੀ ਹੈ ਜੀ ਉਹ ਸਾਰੀ ਰਾਗ ਆਧਾਰਿਤ ਗਾਇਕੀ ਹੈ ਜੀ। ਸ਼ਾਸਤਰੀ ਸੰਗੀਤ ਵਿੱਚ ਜਦੋਂ ਅਸੀਂ ਗਾਇਨ ਕਰਦੇ ਹਾਂ ਉਹਦੇ ਵਿੱਚ ਰਾਗ ਪ੍ਰਧਾਨ ਹੈ, ਬਿਲਕੁਲ ਤਾਲ ਪ੍ਰਧਾਨ ਹੈ ਜੀ, ਉਹਦੇ ਵਿੱਚ ਗਾਇਕੀ ਜਿਹੜੀ ਹੈ ਉਹ ਪ੍ਰਧਾਨ ਹੈ ਜੀ। ਪਰ ਜਦੋਂ ਅਸੀਂ ਗੁਰਮਤਿ ਸੰਗੀਤ ਦੀ ਗੱਲ ਕਰਦੇ ਹਾਂ ਜੀ ਉਹਦੇ ਵਿੱਚ ਗੁਰਬਾਣੀ ਦੀ ਪ੍ਰਧਾਨਤਾ ਹੈ, ਬਿਲਕੁਲ ਜੀ, ਗੁਰਬਾਣੀ ਦੇ ਵਿੱਚੋਂ ਪੈਦਾ ਹੋਣ ਵਾਲੇ ਰਸ ਦੀ ਪ੍ਰਧਾਨਤਾ ਹੈ ਜੀ, ਅਤੇ ਦੂਸਰੇ ਨੰਬਰ 'ਤੇ ਰਾਗ ਦੀ ਗੱਲ ਆਉਂਦੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉੱਥੇ ਜਿਹੜੀ ਇਹ ਸਮੁੱਚੀ ਪੇਸ਼ਕਾਰੀ ਜਿਹੜੀ ਹੈ, ਜੇ ਕੀਰਤਨ ਹੋ ਰਿਹਾ ਤਾਂ ਕੇਵਲ ਜਿਹੜਾ ਗਾਉਣ ਵਾਲਾ ਹੈ ਜਾਂ ਵਜਾਉਣ ਵਾਲਾ ਹੈ ਜਾਂ ਤਬਲੇ ਤਬਲੇ ਦੀ ਗੱਲ ਕਰਦੇ ਹਾਂ ਸੰਗੀਤ, ਤਾਂ ਉੱਥੇ ਸਾਡੇ ਦੋ ਜੱਥੇ ਦੇ ਵਿੱਚ ਤਿੰਨ ਮੈਂਬਰ ਹੁੰਦੇ ਨੇ, ਦੋ ਹਾਰਮੋਨੀਅਮ ਉੱਤੇ ਹੁੰਦੇ ਨੇ, ਇੱਕ ਤਬਲੇ ਉੱਤੇ ਹੁੰਦਾ ਹੈ, ਅਤੇ ਉਹ ਤਿੰਨਾਂ ਦਾ ਪ੍ਰਭਾਵ ਜਿਹੜਾ ਹੈ ਉਹ ਇਸ ਢੰਗ ਦਾ ਵੀ ਜਿਹੜੀ ਗੁਰਬਾਣੀ ਦਾ ਸ਼ਬਦ ਜਿਹੜਾ ਗਾਇਆ ਜਾ ਰਿਹਾ ਹੈ ਉਹਦੇ ਵਿੱਚ ਕਿਤਨੀ ਰੂਹਾਨੀਅਤ ਪੈਦਾ ਕੀਤੀ ਜਾ ਰਹੀ ਹੈ, ਕਿਵੇਂ ਉਹਨੂੰ ਰਾਗਬੱਧ ਕਰਕੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ, ਨਾ ਕਿ ਉੱਥੇ ਇਹ ਵੀ ਅਸੀਂ ਆਪਣੇ ਰਾਗ ਨੂੰ ਕਿਸ ਵਧੀਆ ਢੰਗ ਦੇ ਨਾਲ ਜਾਂ ਕਿਸ ਢੰਗ ਦੇ ਨਾਲ ਪੇਸ਼ ਕਰ ਸਕਦੇ ਹਾਂ। ਉੱਥੇ ਗੁਰਮਤਿ ਜਾਂ ਗੁਰ ਸ਼ਬਦ ਨੂੰ ਪੇਸ਼ ਕਰਨਾ ਹੀ ਜਿਹੜਾ ਆ ਮੁੱਖ ਮੰਤਵ ਹੈ, ਜਿਵੇਂ ਸਰਦਾਰ ਬਲਬੀਰ ਸਿੰਘ ਜੀ ਨੇ ਦੱਸਿਆ ਹੈ ਕਿ ਗੁਰਮਤਿ ਸੰਗੀਤ ਦੇ ਵਿੱਚ ਗੁਰਬਾਣੀ ਦੀ ਮਾਨਤਾ ਹੈ ਕਿ ਜਦੋਂ ਗੁਰੂ ਸਾਹਿਬ ਇਹ ਰਬਾਬ ਲੈ ਕੇ ਗਏ ਨੇ ਉਹਦੇ ਵਿੱਚ ਰਬਾਬ ਜ਼ਰੂਰ ਸੀ, ਨਾਲ ਸਾਜ ਜ਼ਰੂਰ ਸੀਗਾ, ਪਰ ਸਾਜ ਦੇ ਨਾਲ ਜਿਹੜਾ ਸ਼ਬਦ ਬੋਲਿਆ ਜਾਂਦਾ ਸੀਗਾ ਉਹ ਲੋਕ ਮਨਾਂ ਉੱਤੇ ਵਧੇਰੇ ਅਸਰ ਕਰਦਾ ਸੀਗਾ। ਅੱਜ ਦੇ ਸਮੇਂ ਦੇ ਵਿੱਚ ਵੀ ਜੇਕਰ ਕੀਰਤਨ ਨੂੰ ਰਾਗ ਦੇ ਵਿੱਚ ਪੈ ਕੇ ਗਾਇਆ ਜਾਵੇ ਅਤੇ ਸਹੀ ਢੰਗ ਦੇ ਨਾਲ, ਜਿਵੇਂ ਵੱਡੇ ਤਾਲਾਂ ਦੀ ਗੱਲ ਕਰਦੇ ਹਾਂ ਜੋ ਅਸੀਂ ਵੱਡੇ ਤਾਲ ਦੇ ਵਿੱਚ ਜਾਂ ਪੜਤਾਲ ਦੇ ਵਿੱਚ ਗਾਉਂਦੇ ਹਾਂ, ਤਾਂ ਉੱਥੇ ਸਾਡੇ ਸੰਬੰਧਿਤ ਗੁਰਬਾਣੀ ਦੇ ਸ਼ਬਦ ਅੱਖਰ ਜਿਹੜੇ ਨੇ ਉਹ ਨਿਖਰ ਕੇ ਸਾਹਮਣੇ ਆਉਂਦੇ ਨੇ, ਪਰ ਕਈ ਵਾਰੀ ਉਹੀ ਸ਼ਬਦ ਨੂੰ ਅਸੀਂ ਜਦੋਂ ਇੱਕ ਰੀਤ ਦੇ ਤੌਰ 'ਤੇ ਗਾਉਂਦੇ ਤਾਂ ਸ਼ਾਇਦ ਉਹ ਕਈ ਵਾਰੀ ਇੱਦਾਂ ਲੱਗਦਾ ਵੀ ਸ਼ਾਇਦ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਪਰ ਜੇ ਉਹਨੂੰ ਰਾਗ ਦੇ ਵਿੱਚ ਪਾ ਕੇ ਉਹ ਜਿੱਥੇ ਜੋ ਠਹਿਰਾਅ ਹੈਗਾ ਹੈ ਉਹ ਪੂਰੇ ਦਮ ਦੇ ਨਾਲ, ਪੂਰੇ ਕਈ ਵਾਰੀ ਬੇਦਮ ਗਾ ਦਿੰਦੇ ਹਾਂ ਪਰ ਉਹ ਦਮ ਦੇ ਨਾਲ ਗਾਇਆ ਜਾਵੇ ਉਹ ਅੱਖਰ ਨਿਖਰ ਕੇ ਜਿਹੜੇ ਸਾਹਮਣੇ ਆਉਂਦੇ ਨੇ, ਕਿਉਂਕਿ ਪੜਤਾਲ ਦਾ ਜ਼ਿਕਰ ਤਾਂ ਗੁਰਬਾਣੀ ਅੰਦਰ ਵੀ ਹੈ ਅਤੇ ਪੜਤਾਲ ਨੂੰ ਜਦੋਂ ਗਾਇਆ ਜਾਵੇ, ਪੜਤਾਲ ਨੂੰ ਜਦੋਂ ਵਜਾਇਆ ਜਾਵੇ ਅਤੇ ਪੂਰੀ ਤਿਆਰੀ ਦੇ ਨਾਲ ਕੀਤਾ ਜਾਵੇ ਤਾਂ ਉਹ ਜਿਹੜਾ ਇਕੱਲਾ ਇਕੱਲਾ ਅੱਖਰ ਜਿਹੜਾ ਹੈ ਉਹ ਨਿਖਰ ਕੇ ਸਾਹਮਣੇ ਆਉਂਦਾ ਹੈ, ਜਿਹਦੇ ਨਾਲ ਸਾਨੂੰ ਜਿਹੜਾ ਉਹ ਸਮਝ ਆਉਂਦੀ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਰਾਹੀਂ ਸਾਨੂੰ ਕੀ ਕਹਿ ਰਹੇ ਨੇ। ਇਹੋ ਜਿਹੇ ਹੋਰ ਵਿਸ਼ੇ ਉੱਤੇ ਗੁਰਮਤਿ ਸੰਗੀਤ ਦੀ ਗੱਲ ਕਰਾਂਗੇ ਤਾਂ ਕਈ ਵਾਰੀ ਇਹ ਬੜੀ ਸਮੱਸਿਆ ਆਉਂਦੀ ਹੈ, ਖਾਸ ਕਰਕੇ ਜੇ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਉੱਥੇ ਗੁਰਮਤਿ ਸੰਗੀਤ ਦੇ ਅਧਿਆਪਕ ਨਹੀਂ ਮਿਲਦੇ, ਜਾਂ ਵੈਸੇ ਵੀ ਇਸ ਚੀਜ਼ ਅਸੀਂ ਜਦੋਂ ਸਮਾਜ ਦੇ ਵਿੱਚ ਵਿਚਰਦੇ ਹਾਂ ਕਈ ਵਾਰੀ ਹੁੰਦੀ ਵੀ ਅਸੀਂ ਬੱਚੇ ਨੂੰ ਕੀਰਤਨ ਸਿਖਾਉਣਾ ਚਾਹੁੰਦੇ ਹਾਂ, ਬੱਚੇ ਨੂੰ ਸੰਗੀਤ ਦੇ ਖੇਤਰ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ, ਅਸੀਂ ਉਹਨੂੰ ਕਿੱਥੇ ਭੇਜੀਏ ਜਾਂ ਇਹ ਘਰ ਬੈਠ, ਸਮਾਂ ਨਹੀਂ ਹੈਗਾ। ਅੱਜ ਕੱਲ੍ਹ ਜੇਕਰ ਗੱਲ ਕਰਦੇ ਹਾਂ ਸਮੇਂ ਦੀ ਬਹੁਤ ਵੱਡੀ ਘਾਟ ਹੈ, ਕਿਵੇਂ ਇਹਦਾ ਰਿਆਜ਼ ਕੀਤਾ ਜਾਵੇ, ਕਿਸ ਤਰੀਕੇ ਨਾਲ ਜਿਹੜਾ ਆਵਾਜ਼ ਦਾ ਬੇਸ ਬਣ ਸਕੇ, ਕਿਵੇਂ ਗਲੇ ਦੇ ਵਿੱਚ ਮਿਠਾਸ ਪੈਦਾ ਕੀਤੀ ਜਾ ਸਕੇ, ਰਿਆਜ਼ ਕਰਨ ਦਾ ਟਾਈਮ ਕੀ ਹੋਵੇ, ਖਾਣ ਪੀਣ ਦੀਆਂ ਵੀ ਬੜੀਆਂ ਪਾਬੰਦੀਆਂ ਦੀ ਗੱਲ ਹੁੰਦੀ ਵੀ ਇਹ ਖਾਣਾ ਜਾਂ ਨਹੀਂ ਖਾਣਾ, ਸਵੇਰ ਵੇਲੇ ਰਿਆਜ਼ ਕਰਨਾ ਹੈ ਕਿ ਰਾਤ ਨੂੰ ਰਿਆਜ਼ ਕਰਨਾ ਹੈ, ਰੋਟੀ ਤੋਂ ਬਾਅਦ ਕਰਨਾ ਹੈ ਕਿ ਖਾਣ ਤੋਂ ਪਹਿਲਾਂ ਕਰਨਾ ਹੈ, ਸੋ ਇਹੋ ਜਿਹੀਆਂ ਹੋਰ ਜਿਹੜੀਆਂ ਬਰੀਕੀਆਂ ਨੇ ਜਾਂ ਰਿਆਜ਼ ਨੂੰ ਕਿਵੇਂ ਕਰਨਾ ਹੈ, ਆਪਣਾ ਗਲਾ ਸੈੱਟ ਕਿਵੇਂ ਕਰਨਾ ਹੈ, ਕਿਵੇਂ ਇੱਕ ਸਫਲ ਕੀਰਤਨੀ ਬਣਨਾ ਜਾਂ ਕਿਵੇਂ ਇੱਕ ਵਧੀਆ ਗਵਈ ਅਸੀਂ ਬਣ ਸਕਦੇ ਹਾਂ, ਇਹੋ ਜਿਹੇ ਸਵਾਲਾਂ ਬਾਰੇ ਜਿਹੜਾ ਜ਼ਿਕਰ ਆਪਾਂ ਭਾਈ ਬਲਬੀਰ ਸਿੰਘ ਜੀ ਹੁਣ ਦਾ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹ ਕਿਹੜੇ ਢੰਗ ਤਰੀਕੇ ਨੇ ਜਿਹਦੇ ਨਾਲ ਅਸੀਂ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਪ੍ਰਾਪਤੀ ਕਰ ਸਕਦੇ ਹਾਂ। ਸੋ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਅਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਸਾਂਝ ਕ੍ਰਿਜ ਦੇ ਵਿੱਚ ਅਕਾਲ ਚੈਨਲ 'ਤੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਆਪ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਸਾਂਝ ਕ੍ਰਿਜ ਦੇ ਵਿੱਚ ਅਕਾਲ ਚੈਨਲ 'ਤੇ, ਅਤੇ ਬਹੁਤ ਹੀ ਅਹਿਮ ਵਿਸ਼ੇ ਉੱਤੇ ਗੱਲਬਾਤ ਕਰ ਰਹੇ ਸੀਗੇ, ਗੁਰਮਤਿ ਸੰਗੀਤ ਨੂੰ ਜਿਹੜਾ ਸਿੱਖਣ ਦਾ ਢੰਗ ਕੀ ਹੋਣਾ ਚਾਹੀਦਾ। ਇੱਕ ਖਾਸ ਤੌਰ 'ਤੇ ਸਾਡੇ ਕੋਲ ਸੰਗੀਤ ਅਧਿਆਪਕ ਸਰਦਾਰ ਬਲਬੀਰ ਸਿੰਘ ਜੀ ਹੰਸਪਾਲ, ਜੋ ਗੁਰੂ ਨਾਨਕ ਦੇਵ ਸੰਗੀਤ ਅਕੈਡਮੀ ਵੀ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਚਲਾ ਰਹੇ ਨੇ, ਬਹੁਤ ਸਾਰੇ ਵਿਦਿਆਰਥੀਆਂ ਨੇ ਉਹਨਾਂ ਦੇ ਕੋਲੋਂ ਗੁਰਮਤਿ ਸੰਗੀਤ ਦੀ ਤਾਲੀਮ ਲਈ ਹੈ ਅਤੇ ਹੁਣ ਵੀ ਲੈ ਰਹੇ ਨੇ, ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬਤੌਰ ਸੰਗੀਤ ਅਧਿਆਪਕ ਆਪਣੀਆਂ ਸੇਵਾਵਾਂ ਦਿੰਦੇ ਆ ਰਹੇ ਨੇ। ਇਹਨਾਂ ਦੇ ਸਿੱਖੇ ਹੋਏ ਵਿਦਿਆਰਥੀ ਸਟੇਟ ਲੈਵਲ ਦੀ ਗੱਲ ਹੋਵੇ ਚਾਹੇ ਡਿਸਟ੍ਰਿਕਟ ਲੈਵਲ ਦੀ ਗੱਲ ਹੋਵੇ ਜਾਂ ਕਿਤੇ ਵੀ ਸੰਗੀਤ ਮੁਕਾਬਲੇ ਹੋਣ, ਉਹਨਾਂ ਵਿੱਚ ਹਿੱਸਾ ਲੈਂਦੇ ਨੇ, ਉਹਨਾਂ ਦੀ ਬਕਾਇਦਾ ਤਿਆਰੀ ਕਰਵਾਈ ਜਾਂਦੀ ਹੈ, ਕਿਵੇਂ ਉਹਨਾਂ ਦੇ ਗਲੇ ਦੀ ਤਿਆਰੀ ਕਰਵਾਉਣੀ ਹੈ, ਕਿਵੇਂ ਉਹਨਾਂ ਨੂੰ ਇਸ ਲੈਵਲ ਉੱਤੇ ਲੈ ਕੇ ਆਉਣਾ ਕਿ ਉਹ ਕੰਪੀਟੀਸ਼ਨ ਜਿਹੜੇ ਨੇ ਬੀਟ ਕਰ ਸਕਣ, ਅਤੇ ਉਹ ਸਿੱਖਿਆ ਇਹਨਾਂ ਵੱਲੋਂ ਦਿੱਤੀ ਜਾਂਦੀ। ਸੋ ਅਸੀਂ ਵੀ ਅੱਜ ਇਹ ਸਮਝਣ ਦਾ ਯਤਨ ਕਰਦੇ ਹਾਂ ਵੀ ਜੇਕਰ ਸੰਗੀਤ ਦੇ ਖੇਤਰ ਦੇ ਵਿੱਚ ਜਾਣਾ ਹੈ, ਗੁਰਮਤਿ ਸੰਗੀਤ ਸਿੱਖਣਾ ਹੈ, ਕੀਰਤਨ ਵਾਲੇ ਪਾਸੇ ਸਾਡਾ ਝੁਕਾਅ ਹੈਗਾ, ਅਸੀਂ ਵੀ ਚਾਹੁੰਦੇ ਹਾਂ ਵੀ ਸਾਡੇ ਬੱਚੇ ਕੀਰਤਨ ਕਰਨ, ਜਾਂ ਕਈ ਵਾਰੀ ਸਾਡੇ ਵਡੇਰੀ ਉਮਰ ਵਿੱਚ ਆ ਕੇ ਮਨ ਵਿੱਚ ਚਾਉ ਪੈਦਾ ਹੋ ਜਾਂਦਾ ਵੀ ਕਿਉਂ ਨਹੀਂ ਅਸੀਂ ਵੀ ਥੋੜ੍ਹਾ ਜਿਹਾ ਕੀਰਤਨ ਸਿੱਖੀਏ, ਹਾਰਮੋਨੀਅਮ ਸਿੱਖੀਏ, ਕਦੇ ਗੁਰਦੁਆਰੇ ਜਾਈਏ, ਇੱਕ ਸ਼ਬਦ ਗਾਇਨ ਕਰਨ ਜੋਗੇ ਹੋ ਸਕੀਏ। ਸੋ ਇਹ ਅੱਜ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਬਲਬੀਰ ਸਿੰਘ ਜੀ ਹੁਣਾਂ ਦੇ ਨਾਲ, ਜੇਕਰ ਅਸੀਂ ਆਰੰਭਤਾ ਦੀ ਗੱਲ ਕਰੀਏ, ਕਿਉਂਕਿ ਸਮੇਂ ਦੀ ਬੜੀ ਵੱਡੀ ਘਾਟ ਹੈ ਅਤੇ ਕਈ ਵਾਰੀ ਅੱਜ ਭਾਵੇਂ ਯੂਟਿਊਬ ਤੋਂ ਵੀ ਸਿੱਖਿਆ ਜਾ ਸਕਦਾ ਹੈ, ਪਰ
ਤਾਂ ਜਿਹੜਾ ਰਿਆਜ਼ ਕਰਨ ਦਾ ਢੰਗ ਸਮਾਂ ਉਹ ਕੀ ਹੋਣਾ ਚਾਹੀਦਾ ਹੈ? ਦੇਖੋ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਰਿਆਜ਼ ਦੀ ਜੀ, ਆਵਾਜ਼ ਦੇ ਵਿੱਚ ਦਮ ਪੈਦਾ ਕਰਨ ਦੀ ਜੀ, ਆਵਾਜ਼ ਦੇ ਵਿੱਚ ਰਸ ਨੂੰ ਪੈਦਾ ਕਰਨ ਦੀ ਜੀ, ਤਾਂ ਉਦੋਂ ਅਸੀਂ ਸਮੇਂ ਦੀ ਵੀ ਨਾਲ ਗੱਲ ਕਰਦੇ ਹਾਂ। ਬਿਲਕੁਲ ਜੀ, ਕਿ ਅੱਜ ਕੱਲ੍ਹ ਸਾਡੇ ਕੋਲ ਸਮਾਂ ਜਿਹੜਾ ਨਾ ਉਹ ਬਹੁਤ ਘੱਟ ਹੈ ਜੀ। ਮੇਰੇ ਕੋਲ ਬਹੁਤ ਸਾਰੇ ਵਿਦਿਆਰਥੀ ਸਿੱਖਣ ਆ ਰਹੇ ਨੇ ਜੀ, ਉਹਨਾਂ ਦੇ ਵਿੱਚੋਂ ਕੁਝ ਕੁ ਵਿਦਿਆਰਥੀਆਂ ਦੇ ਵਿੱਚ ਮੈਂ ਮਹਿਸੂਸ ਕਰਦਾ ਵੀ ਇੰਨੀ ਕਾਹਲੀ ਹੁੰਦੀ ਹੈ ਜੀ, ਕਿ ਜਦੋਂ ਉਹਨਾਂ ਨੂੰ ਜਿੰਨੀ ਦੇਰ ਤੱਕ ਅਸੀਂ ਕਿਸੇ ਵਿਸ਼ੇ ਦਾ ਐਲਫਾਬੈਟ ਨਹੀਂ ਜਾਣਦੇ, ਊੜਾ ਐੜਾ ਨਹੀਂ ਜਾਣਦੇ ਜੀ, ਉਨੀ ਦੇਰ ਤੱਕ ਅਸੀਂ ਉਸ ਵਿਸ਼ੇ 'ਤੇ ਮੁਹਾਰਤ ਕਿਵੇਂ ਹਾਸਲ ਕਰ ਸਕਦੇ ਹਾਂ? ਬਿਲਕੁਲ ਠੀਕ ਹੈ। ਉਸ ਮੁਹਾਰਤ ਨੂੰ ਹਾਸਲ ਕਰਨ ਲਈ ਸਾਨੂੰ ਪਹਿਲਾਂ ਉਸ ਵਿਸ਼ੇ ਦਾ ਊੜਾ ਐੜਾ ਜਾਣਨਾ ਬਹੁਤ ਜ਼ਰੂਰੀ ਹੈ ਜੀ। ਸੰਗੀਤ ਅਜਿਹਾ ਵਿਸ਼ਾ ਹੈ ਜੋ ਕਿ ਪ੍ਰੈਕਟੀਕਲ ਵਿਸ਼ਾ ਜ਼ਿਆਦਾ ਹੈ। ਬਿਲਕੁਲ ਜੀ, ਬੇਸ਼ੱਕ ਇਹਦੇ ਨਾਲ ਥਿਊਰੀ ਵੀ ਹੈ ਜੀ, ਪਰ ਥਿਊਰੀ ਦੇ ਨਾਲ ਨਾਲ ਇਹਦਾ ਜ਼ਿਆਦਾ ਸੰਬੰਧ ਜੋ ਪ੍ਰੈਕਟੀਕਲ ਦੇ ਨਾਲ ਹੈ। ਬਿਲਕੁਲ ਜੀ, ਪ੍ਰੈਕਟੀਕਲ ਦੇ ਵਿੱਚ ਜਦੋਂ ਅਸੀਂ ਸਿੱਖਣ ਦੀ ਗੱਲ ਕਰਦੇ ਹਾਂ, ਗਾਉਣ ਦੀ ਗੱਲ ਕਰਦੇ ਹਾਂ ਜੀ, ਉਹਦੇ ਵਿੱਚ ਰਿਆਜ਼ ਜਿਹੜਾ ਉਹ ਸਭ ਤੋਂ ਪਹਿਲੀ ਸ਼ਰਤ ਹੈ ਜੀ। ਰਿਆਜ਼ ਵਾਸਤੇ ਸਮੇਂ ਦੀ ਲੋੜ ਹੈ। ਬਿਲਕੁਲ ਜੀ, ਰਿਆਜ਼ ਕਰਨ ਲਈ ਸਭ ਤੋਂ ਵਧੀਆ ਸਮਾਂ ਜਿਹੜਾ ਉਹ ਅੰਮ੍ਰਿਤ ਵੇਲੇ ਦਾ ਹੈ ਜੀ, ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਜੀ, ਅਤੇ ਬਿਨਾਂ ਕੁਝ ਖਾਧਿਆਂ ਜੀ, ਇਹ ਨਹੀਂ ਬਈ ਅਸੀਂ ਪ੍ਰਸ਼ਾਦਾ ਛਕ ਲੈਣਾ ਅਤੇ ਉਸ ਤੋਂ ਬਾਅਦ ਰਿਆਜ਼ ਕਰਨਾ ਸ਼ੁਰੂ ਕਰਨਾ ਜੀ। ਅਸੀਂ ਖਾਲੀ ਪੇਟ ਜੀ ਸਵੇਰੇ ਅੰਮ੍ਰਿਤ ਵੇਲੇ ਰਿਆਜ਼ ਕਰਨਾ ਹੈ ਜੀ, ਸਾ ਦਾ ਰਿਆਜ਼ ਕਰਨਾ ਜੀ, ਪਾ ਦਾ ਰਿਆਜ਼ ਕਰਨਾ ਹੈ ਜੀ। ਐਕਚੁਲੀ ਜਦੋਂ ਅਸੀਂ ਇੱਕ ਸੁਰ ਨੂੰ ਸਾਧਦੇ ਹਾਂ ਜੀ, ਬਿਲਕੁਲ, ਤਾਂ ਫਿਰ ਸਾਡੇ ਗਲੇ ਦੇ ਵਿੱਚ ਇੱਕ ਰਸ ਪੈਦਾ ਹੁੰਦਾ ਹੈ ਜੀ। ਉਹ ਰਸ ਇਹ ਨਹੀਂ ਹੈ ਵੀ ਇੱਕ ਦਿਨ, ਇੱਕ ਹਫ਼ਤਾ ਜਾਂ ਇੱਕ ਮਹੀਨਾ ਕਰਕੇ ਉਹ ਪੈਦਾ ਹੁੰਦਾ ਜੀ, ਪਰ ਅੱਜ ਕੱਲ੍ਹ ਜ਼ਿਆਦਾਤਰ ਵਿਦਿਆਰਥੀ ਇਹੋ ਚਾਹੁੰਦੇ ਨੇ ਕਿ ਮੈਂ ਬਹੁਤੀ ਸਾਧਨਾ ਨਾ ਕਰਾਂ ਜੀ, ਜੀ ਬਹੁਤੀ ਪ੍ਰੈਕਟਿਸ ਨਾ ਕਰਾਂ ਜੀ, ਅਤੇ ਮੈਨੂੰ ਜਲਦੀ ਤੋਂ ਜਲਦੀ ਇਹ ਜਿਹੜੀ ਚੀਜ਼ ਹੈ ਇਹ ਆ ਜਾਵੇ। ਇਹਦੇ ਪਿੱਛੇ ਸ਼ਾਇਦ ਕਿਤੇ ਇੱਕ ਕਾਰਨ ਇਹ ਵੀ ਨਹੀਂ ਵੀ ਅੱਜ ਕੰਪਿਊਟਰ ਯੁੱਗ ਹੋਣ ਕਰਕੇ ਬਹੁਤ ਸਾਰੇ ਜਿਨ੍ਹਾਂ ਨੇ ਕਦੀ ਸਿੱਖਿਆ ਵੀ ਨਹੀਂ ਸੀ ਜਾਂ ਉਸਤਾਦ ਦੀ ਸ਼ਾਗਿਰਦੀ ਦੀ ਜਿਹੜੀ ਪਰੰਪਰਾ ਸੀ ਉਹ ਕਦੀ ਨਿਭਾਈ ਵੀ ਨਹੀਂ ਸੀਗੀ, ਬੇਸਿਕ ਵੀ ਨਹੀਂ ਸੀ ਪਤਾ, ਅਤੇ ਕੰਪਿਊਟਰਾਈਜ਼ਡ ਆਵਾਜ਼ ਦੇ ਇਫੈਕਟਸ ਲਗਾ ਕੇ ਬਹੁਤ ਛੇਤੀ ਅਸੀਂ ਵੇਖਦੇ ਵੀ ਸਾਡੇ ਯਾਰ ਦੋਸਤ ਸੀਗੇ ਕੱਲ੍ਹ ਤਾਂ ਇੱਥੇ ਬੈਠਾ ਸੀ, ਉਹ 3 ਕੁ ਮਹੀਨੇ ਕਿਸੇ ਉਸਤਾਦ ਕੋਲ ਗਿਆ, ਬਾਅਦ 'ਚ ਉਹਨੇ ਆਪਣੀ ਕੈਸਟ ਕਰ ਲਈ, ਆਪਣਾ ਗੀਤ ਗਾ ਲਿਆ ਜਾਂ ਉਹ ਗਾਉਣ ਵਾਲੇ ਪਾਸੇ ਆ ਗਿਆ, ਅਤੇ ਸੋਸ਼ਲ ਮੀਡੀਆ ਵੀ ਹੈਗਾ ਵਾ, ਛੇਤੀ ਛੇਤੀ ਪਾਪੂਲੈਰਿਟੀ ਵੀ ਜਿਹੜੀ ਹੋ ਜਾਂਦੀ ਹੈ, ਬੰਦਾ ਮਸ਼ਹੂਰ ਵੀ ਹੋ ਜਾਂਦਾ ਹੈ, ਕਿ ਇਹ ਵੀ ਇੱਕ ਮਤਲਬ ਵੀ ਸ਼ਾਇਦ ਵੀਕ ਪੁਆਇੰਟ ਹੈ ਕਿ ਉਹ ਬੰਦਾ ਕੰਪਿਊਟਰ ਵਾਸਤੇ ਤਾਂ ਇੱਕ ਦਿਨ ਵਾਸਤੇ ਗਾ ਸਕਦਾ ਹੈ, ਪਰ ਲਾਈਫ ਟਾਈਮ ਜੇ ਉਹਨੇ ਕਿਤੇ ਗਾਉਣਾ ਹੋਵੇ ਜਾਂ ਲਾਈਵ ਕਿਤੇ ਗਾਉਣਾ ਹੋਵੇ ਤਾਂ ਉਹਦੇ ਵਾਸਤੇ ਇੱਕ ਬਹੁਤ ਵੱਡੀ ਸਮੱਸਿਆ ਉਸ ਵੇਲੇ ਪੈਦਾ ਹੋ ਜਾਵੇਗੀ, ਅਤੇ ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਉਹਦੀ ਸਥਿਤੀ ਹੱਸਹੀਣੀ ਹੋ ਜਾਵੇ। ਬਿਲਕੁਲ ਠੀਕ ਗੱਲ ਕੀਤੀ ਹੈ ਤੁਸੀਂ ਇਕਬਾਕ ਸਿੰਘ ਜੀ। ਅਸਲ ਦੇ ਵਿੱਚ ਮੈਂ ਇਸੇ ਗੱਲ ਨੂੰ ਅੱਗੇ ਇਹਦਾ ਵਿਸਥਾਰ ਕਰਨਾ ਚਾਹੁੰਦਾ ਜੀ, ਕਿ ਅੱਜ ਜਿਵੇਂ ਤੁਸੀਂ ਆਖਿਆ ਵੀ ਹਰ ਕੋਈ ਜਿਹੜਾ ਉਹ ਚਾਹੁੰਦਾ ਵੀ ਮੈਂ ਰਾਤੋਂ ਰਾਤ ਇੱਕ ਗਾਇਕ, ਚੰਗਾ ਗਾਇਕ ਬਣ ਜਾਵਾਂ, ਬਿਲਕੁਲ, ਅਤੇ ਵੱਡੀਆਂ ਵੱਡੀਆਂ ਸਟੇਜਾਂ 'ਤੇ ਆਪਣੀ ਪਰਫਾਰਮੈਂਸ ਦੇਵਾਂ। ਬਿਲਕੁਲ ਜੀ, ਹਰੇਕ ਦੀ ਇੱਛਾ ਹੁੰਦੀ ਹੈ ਵੀ ਮੈਂ ਇਸ ਕੰਮ ਦੇ ਵਿੱਚ ਛੇਤੀ ਮੁਹਾਰਤ ਹਾਸਲ ਕਰ ਲਵਾਂ, ਪਰ ਉਹਦੇ ਵਿੱਚ ਉਹਦੇ ਵਾਸਤੇ ਉਹਦੇ ਬੈਕ ਸਾਈਡ ਜਿਹੜੀ ਹੈ ਉਹਦੇ ਪਿੱਛੇ ਇੱਕ ਮਿਹਨਤ ਵੀ ਹੈ, ਇੱਕ ਸਾਧਨਾ ਵੀ ਹੈ, ਇੱਕ ਰਿਆਜ਼ ਵੀ ਹੈ। ਬਿਲਕੁਲ, ਜਿਹਦੇ ਤੋਂ ਕਿ ਅਸੀਂ ਅੱਖ ਮੋੜ ਲੈਂਦੇ ਹਾਂ ਜੀ। ਜਿੰਨੀ ਦੇਰ ਤੱਕ ਅਸੀਂ ਕਿਸੇ ਕੰਮ ਨੂੰ ਕਰਨ ਲਈ, ਉਹਦੀ ਸਫਲਤਾ 'ਤੇ ਪਹੁੰਚਣ ਲਈ, ਉਹਦੇ ਵਿੱਚ ਪਰਫੈਕਸ਼ਨ ਹਾਸਲ ਕਰਨ ਲਈ ਅਸੀਂ ਉਹਦੇ ਵਿੱਚ ਮਿਹਨਤ ਨਹੀਂ ਕਰਦੇ, ਉਹਦੇ ਵਿੱਚ ਸਾਧਨਾ ਨਹੀਂ ਸ਼ਾਮਲ ਕਰਦੇ, ਉਨੀ ਦੇਰ ਤੱਕ ਅਸੀਂ ਉਹਦੇ ਵਿੱਚ ਸਫਲ ਨਹੀਂ ਹੁੰਦੇ ਜੀ। ਹੁਣ ਜਿਵੇਂ ਤੁਸੀਂ ਆਖਿਆ ਵੀ ਰਾਤੋਂ ਰਾਤ ਆਪਣੀ ਕੈਸਟ ਕੱਢ ਦਿੰਦੇ ਨੇ ਜੀ, ਆਪਣੀ CD ਜਿਹੜੀ ਆ ਉਹ ਗਾਇਨ ਦੀ ਪੇਸ਼ ਹੋ ਜਾਂਦੀ ਹੈ ਮਾਰਕੀਟ ਦੇ ਵਿੱਚ ਜੀ, ਬਿਲਕੁਲ, ਉਹਦਾ ਇੱਕ ਕਾਰਨ ਹੈ ਕਿ ਸਾਡੀ ਟੈਕਨੋਲੋਜੀ ਜਿਹੜੀ ਹੈ ਬਹੁਤ ਐਡਵਾਂਸ ਹੋ ਗਈ ਹੈ। ਐਡਵਾਂਸ ਹੋ ਗਈ, ਬਿਲਕੁਲ ਜੀ। ਗਾਇਕ ਸਟੂਡੀਓ ਦੇ ਵਿੱਚ ਜਾਂਦਾ ਹੈ ਜੀ, ਆਪਣੀ ਆਵਾਜ਼ ਨੂੰ ਰਿਕਾਰਡ ਕਰਾਉਂਦਾ ਹੈ ਜੀ, ਅਤੇ ਆਵਾਜ਼ ਨੂੰ ਰਿਕਾਰਡ ਕਰਾ ਕੇ ਜੋ ਵੀ ਉਹਨੇ ਗੀਤ, ਸ਼ਬਦ, ਭਜਨ, ਜੋ ਵੀ ਉਹਨੇ ਕੁਛ ਗਾਣਾ ਹੈ, ਸ਼ਬਦਾਵਲੀ ਕੁਛ ਵੀ ਹੋ ਸਕਦੀ ਹੈ, ਬਿਲਕੁਲ, ਗਾਇਨ ਦੇ ਵਿੱਚ ਜੀ, ਜੋ ਵੀ ਉਹਨੇ ਗਾਇਨ ਪੇਸ਼ ਕਰਨਾ ਹੈ ਉਹ ਆਪਣਾ ਸਟੂਡੀਓ ਦੇ ਵਿੱਚ ਰਿਕਾਰਡਿੰਗ ਕਰਵਾ ਕੇ ਅਤੇ ਆਪਣੇ ਘਰ ਆਣ ਕੇ ਸੋ ਜਾਂਦਾ ਜੀ। ਹੁਣ ਬਾਕੀ ਜ਼ਿੰਮੇਵਾਰੀ ਸਟੂਡੀਓ ਵਾਲੇ ਦੀ ਹੈ ਜੀ, ਜੀ
ਕਿ ਉਹ ਸਟੂਡੀਓ ਵਾਲਾ ਜਿੱਥੇ ਜਿੱਥੇ ਉਹਦੀ ਸੁਰ ਨਹੀਂ ਲੱਗੀ ਜੀ, ਉਹ ਸਟੂਡੀਓ ਵਾਲਾ ਐਡਵਾਂਸ ਟੈਕਨੋਲੋਜੀ ਜਿਹੜੀ ਕਿ ਹੈ ਉਹਦੇ ਨਾਲ ਉਹਦੀ ਸੁਰ ਨੂੰ ਦਰੁਸਤ ਕਰਦਾ। ਬਿਲਕੁਲ। ਅਤੇ ਫਿਰ ਦਰੁਸਤ ਕਰਕੇ ਉਹਦੀ ਪੂਰੀ ਕੰਪਲੀਟ ਰਿਕਾਰਡਿੰਗ ਨੂੰ ਫਾਈਨਲ ਕਰਕੇ ਜੀ ਜੀ, ਅਤੇ ਫਿਰ ਉਹ ਮਾਰਕੀਟ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ। ਜੀ ਜੀ, ਬਿਲਕੁਲ। ਜਦੋਂ ਅਸੀਂ ਉਹ ਰਿਕਾਰਡਿੰਗ ਤੋਂ ਉਸ ਨੂੰ ਇਨਸਾਨ ਨੂੰ ਸੁਣਦੇ ਹਾਂ ਤਾਂ ਸਾਨੂੰ ਇੰਝ ਲੱਗਦਾ ਵੀ ਉਹ ਬਹੁਤ ਵਧੀਆ ਮਿਹਨਤੀ ਸਾਧਨਾ ਵਾਲਾ ਇੱਕ ਸਿੱਖਿਆ ਹੋਇਆ ਗਾਇਕ ਹੈ ਜੀ। ਪਰ ਜਦੋਂ ਬਾਅਦ ਵਿੱਚ ਅਸੀਂ ਉਹਨੂੰ ਲਾਈਵ ਸੁਣਦੇ ਹਾਂ ਕਿਸੇ ਸਟੇਜ ਦੇ ਉੱਤੇ ਆਪਣੀ ਪਰਫਾਰਮੈਂਸ ਦਿੰਦੇ ਹੋਏ ਜੀ ਜੀ, ਤਾਂ ਫਿਰ ਉਦੋਂ ਪਤਾ ਲੱਗਦਾ ਕਿ ਅਜੇ ਸੰਗੀਤ ਤੋਂ ਕਾਫੀ ਦੂਰੀ ਹੈ ਜੀ, ਅਜੇ ਸੁਰ ਤੋਂ ਕਾਫੀ ਦੂਰੀ ਹੈ, ਅਜੇ ਤਾਲ ਤੋਂ ਕਾਫੀ ਦੂਰੀ ਹੈ ਜੀ ਜੀ। ਇਸ ਨੂੰ ਸਮਝਣ ਵਾਸਤੇ ਪਹਿਲਾਂ ਰਿਆਜ਼ ਦੀ ਲੋੜ ਹੈ ਜੀ, ਉਹਨੂੰ ਸਾਧਨਾ ਦੀ ਲੋੜ ਹੈ, ਉਹਨੂੰ ਸਮਝਣ ਦੀ ਲੋੜ ਹੈ ਜੀ, ਤੇ ਉਹਦੇ ਵਾਸਤੇ ਇੱਕ ਚੰਗੇ ਅਧਿਆਪਕ ਦੀ ਲੋੜ ਹੈ, ਇੱਕ ਚੰਗੇ ਗੁਰੂ ਦੀ ਲੋੜ ਹੈ ਜਿਹਦੇ ਤੋਂ ਜਾ ਕੇ ਅਸੀਂ ਉਹਦੀ ਪ੍ਰੋਪਰ ਗਾਈਡੈਂਸ ਜਿਹੜੀ ਉਹ ਲੈ ਸਕੀਏ, ਉਹਨੂੰ ਸਮਝ ਸਕੀਏ। ਸੰਗੀਤ ਦੀਆਂ ਗਾਇਨ ਸ਼ੈਲੀਆਂ ਕੀ ਨੇ ਜੀ, ਸੰਗੀਤ ਦੇ ਵਿੱਚ ਤਾਲ ਦਾ ਕੀ ਆਧਾਰ ਹੈ, ਤਾਲ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਗਾਉਣਾ ਹੈ ਜੀ, ਗਾਉਣ ਦੇ ਢੰਗ ਤਰੀਕੇ ਕੀ ਨੇ, ਗਾਉਣ ਦੇ ਵਿੱਚ ਮੀਂਡ, ਮੁਰਕੀ, ਗਮਕ ਇਹਨਾਂ ਨੂੰ ਕਿਵੇਂ ਅਸੀਂ ਆਪਣੀ ਆਵਾਜ਼ ਦੇ ਵਿੱਚ ਸਿੱਖ ਕੇ ਜੀ ਇੱਕ ਚੰਗੇ ਤਰੀਕੇ ਦੇ ਨਾਲ ਆਵਾਜ਼ ਦੇ ਵਿੱਚ ਇੱਕ ਰਸ ਪੈਦਾ ਕਰ ਸਕਦੇ ਹਾਂ, ਸ਼ਬਦਾਵਲੀ ਦੇ ਵਿੱਚ ਇੱਕ ਰਸ ਪੈਦਾ ਕਰ ਸਕਦੇ ਹਾਂ, ਇਹ ਸਾਰਾ ਕੁਛ ਇੱਕ ਚੰਗੇ ਗੁਰੂ ਤੋਂ ਬਿਨਾਂ ਨਹੀਂ ਸਿੱਖਿਆ ਜਾ ਸਕਦਾ ਜੀ ਜੀ। ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਕੁਝ ਚੀਜ਼ਾਂ ਸੁਣ ਸੁਣ ਕੇ ਉਹਨੂੰ ਹੂ ਬਹੂ ਗਾ ਕੇ ਅਸੀਂ ਉਹਦੀ ਪੇਸ਼ਕਾਰੀ ਸ਼ੁਰੂ ਕਰ ਦਈਏ, ਪਰ ਨਹੀਂ, ਇਸ ਤਰ੍ਹਾਂ ਅਸੀਂ ਬਹੁਤੀ ਦੂਰ ਤੱਕ ਨਹੀਂ ਤੁਰ ਸਕਦੇ ਜੀ। ਸੁਣੀ ਸੁਣਾਈ ਚੀਜ਼ ਉਹ ਸਿਰਫ ਇੱਕ ਕਾਪੀ ਹੈ ਜੀ, ਅਸੀਂ ਸਿਰਫ ਉੱਥੋਂ ਤੱਕ ਹੀ ਸੀਮਤ ਹਾਂ ਜੀ, ਉਸ ਤੋਂ ਅੱਗੇ ਨਹੀਂ, ਉਹ ਅੱਗੇ ਔਖਾ ਹੋ ਜਾਏਗਾ। ਸੋ ਇਹ ਜ਼ਰੂਰੀ ਹੈ ਵੀ ਇੱਕ ਅਧਿਆਪਕ ਤੋਂ ਸਿੱਖਿਆ ਲਈ ਜਾਵੇ। ਜੇਕਰ ਅਸੀਂ ਜੇ ਤੁਸੀਂ ਰਿਆਜ਼ ਦੀ ਗੱਲ ਕੀਤੀ ਹੈ ਵੀ ਸਵੇਰੇ ਜਿਹੜਾ ਰਿਆਜ਼ ਕਰਨਾ ਹੈ ਉਹ ਖਾਲੀ ਪੇਟ ਹੋਣਾ ਚਾਹੀਦਾ ਵੀ ਜਿਹੜੀ ਪਿੱਛਾ ਦੱਬਣ ਚੱਕ ਕੇ, ਕਿ ਇਹ ਸਵੇਰ ਦੇ ਰਿਆਜ਼ ਵਾਸਤੇ ਜਾਂ ਜਦੋਂ ਵੀ ਰਿਆਜ਼ ਕਰਨਾ ਹੈ ਸਾਡਾ ਪੇਟ ਖਾਲੀ ਹੋਣਾ ਚਾਹੀਦਾ ਹੈ, ਅਤੇ ਜਾਂ ਇਹਦੇ ਨਾਲ ਬਹੁਤ ਸਾਰੇ ਵਹਿਮ ਭਰਮੇ ਜੁੜੇ ਹੋਏ ਨੇ ਵੀ ਗੋਲਗੱਪੇ ਨਹੀਂ ਖਾਣੇ ਜਾਂ ਗੋਲਗੱਪੇ ਖਾਣੇ ਨੇ, ਕਿ ਵੀ ਅਸੀਂ ਗੱਲਬਾਤ ਕਰਦੇ ਹਾਂ ਕੋਈ ਰੰਗ ਜੱਥੇ ਦੇ ਨਾਲ ਸੰਪਰਕ ਹੁੰਦਾ ਜਾਂ ਗਾਉਣ ਵਾਲੇ ਕਲਾਕਾਰ ਨਾਲ ਸੰਪਰਕ ਹੁੰਦਾ ਹੈ, ਤਾਂ ਉਹ ਕਹਿੰਦੇ ਨੇ ਜੀ ਨਹੀਂ, ਇਹ ਖੱਟੀਆਂ ਮਿੱਠੀਆਂ ਚੀਜ਼ਾਂ ਜਾਂ ਇਹੋ ਜਿਹੇ ਪਦਾਰਥ ਨਹੀਂ ਖਾਣੇ ਚਾਹੀਦੇ, ਕੁਝ ਕਹਿੰਦੇ ਨੇ ਜੋ ਮਰਜ਼ੀ ਖਾ ਲਓ ਇਹਦਾ ਗੱਲ ਨਾਲ ਕੋਈ ਸੰਬੰਧ ਹੀ ਕੋਈ ਨਹੀਂ ਹੈਗਾ, ਤੁਸੀਂ ਜਦੋਂ ਮਰਜ਼ੀ ਜੋ ਮਰਜ਼ੀ ਖਾ ਸਕਦੇ ਹੋ, ਰਿਆਜ਼ ਜ਼ਰੂਰੀ ਹੈ, ਅੰਮ੍ਰਿਤ ਵੇਲਾ ਸੰਭਾਲਣਾ ਜ਼ਰੂਰੀ ਹੈ, ਉਸ ਵੇਲੇ ਦਾ ਰਿਆਜ਼ ਬੜਾ ਜਿਹੜਾ ਵਾ ਉਹ ਮੰਨਿਆ ਜਾਂਦਾ, ਬੜਾ ਅਥੈਂਟਿਕ ਮੰਨਿਆ ਜਾਂਦਾ। ਸੋ ਇਹਦਾ ਵਾਕਈ ਕੋਈ ਸੰਬੰਧ ਹੈ ਖਾਣ ਪੀਣ ਦਾ ਨਾ, ਜਾਂ ਇਹ ਬਸ ਇੱਕ ਵੈਸੇ ਅਫਵਾਹ ਦੇ ਤੌਰ 'ਤੇ ਸਾਰਾ ਕੁਛ ਚੱਲਦਾ ਪਿਆ? ਕਿਤੇ ਦੇਖੀਏ ਤਾਂ ਕਿਤੇ ਇਹ ਗੱਲ ਸਹੀ ਵੀ ਲੱਗਦੀ ਹੈ ਜੀ, ਪਰ ਜੇ ਅਸੀਂ ਆਖੀਏ ਵੀ ਹਰ ਇੱਕ 'ਤੇ ਇਹ ਗੱਲ ਲਾਗੂ ਹੁੰਦੀ ਹੈ ਜੀ, ਤਾਂ ਉਹ ਵੀ ਨਹੀਂ ਹੈ ਜੀ ਜੀ, ਕਿਉਂਕਿ ਸਰੀਰਕ ਬਣਤਰ ਹੈ ਜੀ, ਕਈਆਂ ਨੂੰ ਕੋਈ ਚੀਜ਼ ਜਿਹੜੀ ਹੈ ਉਹ ਬਹੁਤ ਹੀ ਸਹੀ ਤਰੀਕੇ ਨਾਲ ਉਹਨਾਂ ਦੇ ਸਰੀਰ 'ਤੇ ਢੁੱਕਦੀ ਹੈ। ਬਿਲਕੁਲ ਜੀ, ਜਿੱਥੋਂ ਤੱਕ ਖਾਣ ਪੀਣ ਦਾ ਸੰਬੰਧ ਹੈ ਜੀ, ਇਸੇ ਤਰ੍ਹਾਂ ਹੀ ਹਰੇਕ ਸਰੀਰ ਦੀ ਸਰੀਰਕ ਪ੍ਰਕਿਰਿਆ ਦੇ ਹਿਸਾਬ ਦੇ ਨਾਲ ਜੀ ਜੀ ਉਹ ਖਾਣ ਪੀਣ ਦੀ ਜਿਹੜੀ ਹੈ ਉਹ ਸੁਭਾਅ ਕਹਿ ਲਓ, ਉਹਨਾਂ ਦੇ ਮੂੰਹ ਦਾ ਚਟਕਾਰਾ ਕਹਿ ਲਓ ਜੀ ਜੀ, ਜਾਂ ਅਸੀਂ ਉਹਨੂੰ ਕਿਸੇ ਵੀ ਰੂਪ ਦੇ ਵਿੱਚ ਕਹਿ ਸਕਦੇ ਹਾਂ ਜੀ ਜੀ, ਕਿਸੇ ਨੂੰ ਤਾਂ ਉਹ ਬਹੁਤ ਫਿੱਟ ਬੈਠਦਾ, ਪਰ ਕਿਸੇ ਨੂੰ ਉਹ ਜਿਹੜਾ ਉਹ ਫਿੱਟ ਨਹੀਂ ਬੈਠਦਾ ਜੀ। ਕਈ ਵਾਰ ਇੱਦਾਂ ਵੀ ਹੁੰਦਾ ਵੀ ਅਸੀਂ ਰਿਆਜ਼ ਕਰਨਾ ਚਾਹੁੰਦੇ ਹਾਂ ਪਰ ਅਸੀਂ ਪ੍ਰਸ਼ਾਦਾ, ਸਾਡੇ ਕੋਲ ਸਮਾਂ ਨਹੀਂ ਸੀਗਾ, ਸੋਚਿਆ ਵੀ ਰਿਆਜ਼ ਕਰਾਂਗੇ ਫਿਰ ਪ੍ਰਸ਼ਾਦਾ ਛਕਾਂਗੇ, ਪਰ ਉਹ ਸਮਾਂ ਉਸ ਸਾਨੂੰ ਮਿਲਿਆ ਨਹੀਂ, ਅਸੀਂ ਪ੍ਰਸ਼ਾਦਾ ਛਕ ਲਿਆ, ਹੁਣ ਸਾਡੇ ਕੋਲ ਲਗਭਗ 1.5 ਘੰਟਾ ਹੈ, ਅਸੀਂ ਫ੍ਰੀ ਹਾਂ, ਕੋਈ ਕੰਮ ਨਹੀਂ ਕਰ ਲਓ, ਕਿ ਫਿਰ ਰਿਆਜ਼ ਕੀਤਾ ਜਾ ਸਕਦਾ? ਹਾਂਜੀ, ਤੁਸੀਂ ਉਹਦੇ ਵਿੱਚ ਅੱਧੇ ਪੌਣੇ ਘੰਟੇ ਦਾ ਜਿਹੜਾ ਉਹ ਸਮਾਂ ਪਾ ਕੇ ਜੀ, ਅਤੇ ਫਿਰ ਤੁਸੀਂ ਆਪਣਾ ਰਿਆਜ਼ ਜਿਹੜਾ ਉਹ ਕਰ ਸਕਦੇ ਹੋ ਜੀ। ਇਹ ਨਹੀਂ ਹੈ ਕਿ ਰਿਆਜ਼ ਨੂੰ ਸਿਰਫ ਅੰਮ੍ਰਿਤ ਵੇਲੇ ਹੀ ਕਰਨਾ ਹੈ ਜੀ, ਰਿਆਜ਼ ਤੁਸੀਂ ਦੁਪਹਿਰ ਨੂੰ ਵੀ ਕਰ ਸਕਦੇ ਹੋ, ਸ਼ਾਮਾਂ ਨੂੰ ਵੀ ਕਰ ਸਕਦੇ ਹੋ ਜੀ। ਕਾਰਨ ਇਹ ਹੈ ਕਿ ਸਵੇਰ ਅੰਮ੍ਰਿਤ ਵੇਲੇ ਦਾ ਜਿਹੜਾ ਰਿਆਜ਼ ਹੈ ਜੀ, ਉਹ ਸਾਡੀ ਇੱਕ ਤਾਂ ਇਕਾਗਰਤਾ ਜਿਹੜੀ ਸਾਡੀ ਕੰਸੈਂਟ੍ਰੇਸ਼ਨ ਹੈ ਬਿਲਕੁਲ, ਉਹ ਬਹੁਤ ਕਾਊਂਟ ਕਰਦੀ ਹੈ ਕਿਸੇ ਚੀਜ਼ ਨੂੰ ਲਰਨ ਕਰਨ ਲਈ ਜੀ। ਜਿੰਨੀ ਦੇਰ ਤੱਕ ਸਾਡੀ ਸੁਰਤੀ ਸੁਰ ਦੇ ਵਿੱਚ ਖੁੱਭਦੀ ਹੈ ਜੀ ਜੀ, ਓਨੀ ਹੀ ਜਲਦੀ ਉਹ ਸੁਰ ਜਿਹੜਾ ਉਹ ਸਾਡੇ ਗਲੇ ਦੇ ਵਿੱਚ ਰਸ ਪੈਦਾ ਕਰਦਾ ਹੈ ਜੀ। ਇਸ ਵਾਸਤੇ ਅਸੀਂ ਜ਼ਿਆਦਾ ਜ਼ੋਰ ਦਿੰਦੇ ਹਾਂ ਕਿ ਅੰਮ੍ਰਿਤ ਵੇਲੇ ਦਾ ਰਿਆਜ਼ ਜਿਹੜਾ ਉਹ ਜ਼ਿਆਦਾ ਲਾਹੇਵੰਦ ਹੁੰਦਾ ਜੀ। ਬਿਲਕੁਲ ਜੀ, ਆਪਾਂ ਇੱਥੇ ਗੱਲ ਕਰਦੇ ਹਾਂ, ਥੋੜ੍ਹਾ ਜਿਹਾ ਇੱਕ ਕੁਸ਼ਚਨ ਹੋਰ ਵੀ ਹੈ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਇਸ ਵਕਤ ਪ੍ਰੋਗਰਾਮ ਦੇਖ ਰਹੇ ਨੇ, ਹੋ ਸਕਦਾ ਬਹੁਤ ਵਿੱਚ ਉਹਨਾਂ ਵਿੱਚ ਲਰਨਰ ਵੀ ਹੋਣਗੇ ਕੀਰਤਨ ਦੇ, ਜਾਂ ਉਹ ਵੀ ਰਿਆਜ਼ ਵਾਲੇ ਪਾਸੇ ਜਾ ਰਹੇ ਹੋਣਗੇ, ਕਿਉਂਕਿ ਬਹੁਤ ਲੋਕ ਵਿਦੇਸ਼ਾਂ ਵਿੱਚ ਤਾਂ ਖਾਸ ਕਰਕੇ ਬਹੁਤ ਲੋਕ ਜਿਹੜੇ ਨੇ ਉਹ ਸੰਗੀਤ ਦੇ ਨਾਲ ਜਾਂ ਸਿੱਖ ਪਰੰਪਰਾਵਾਂ ਦੇ ਨਾਲ ਜੁੜੇ ਹੋਏ ਨੇ, ਚਾਹੁੰਦੇ ਵੀ ਨੇ ਕਿ ਸਾਡੇ ਬੱਚੇ ਵੀ ਇਸ ਜਿਹੜਾ ਸਾਡਾ ਸੱਭਿਆਚਾਰ ਹੈ, ਸਾਡਾ ਵਿਰਸਾ ਹੈ, ਉਹਦੇ ਨਾਲ ਜੁੜੇ ਰਹਿਣ।
ਤੇ ਜਿਹੜੀ ਸੀ ਇਹ ਗੱਲ ਕੀਤੀ ਹੈ ਰਿਆਜ਼ ਦੀ, ਰਿਆਜ਼ ਜਿਵੇਂ ਸੀ ਕਿ ਮੈਂ, ਮੇਰਾ ਸਵਾਲ ਇਹ ਸੀ ਵੀ ਜਿਵੇਂ ਮੇਰਾ ਪਹਿਲਾ ਕਾਲਾ ਸਾਹ ਮੈਂ ਉਹਦੇ ਉੱਤੇ ਗਾਉਂਦਾ ਹਾਂ, ਮੇਰਾ ਉਹ ਹੈ, ਹੁਣ ਰਿਆਜ਼ ਕਰਨਾ ਉਦੋਂ ਉਸ ਕਾਲੇ ਸਾਹ ਦਾ ਕਰਨਾ ਜਾਂ ਉਸ ਤੋਂ ਪਹਿਲਾਂ ਜਿਹੜੇ ਥੱਲੇ ਨੀਵੇਂ ਸਾਹ ਨੇ ਉਹਦੇ ਉੱਤੇ ਰਿਆਜ਼ ਕੀਤਾ ਜਾਵੇ, ਇਹਨਾਂ ਵਿੱਚੋਂ ਦੋਵਾਂ ਵਿੱਚ ਸਫ਼ਰ ਕਿਹੜਾ ਹੋਏਗਾ? ਕਿਉਂਕਿ ਜੇਕਰ ਮੋਰਨਿੰਗ ਜੇਕਰ ਮੇਰਾ ਉੱਪਰਲਾ ਸਾਹ ਹੈ ਉੱਥੋਂ ਮੈਂ ਸਟਾਰਟਿੰਗ ਕਰਦਾ ਆਪਣੇ ਕੀਰਤਨ ਦੀ ਅਤੇ ਉਹਦੇ ਉੱਤੇ ਮੈਂ ਉੱਠ ਕੇ ਰਿਆਜ਼ ਕਰਾਂ, ਸ਼ਾਇਦ ਉਹ ਬਹੁਤ ਲਾਊਡ ਹੋਊਗਾ ਅਤੇ ਦੂਸਰਿਆਂ ਵਾਸਤੇ ਸ਼ਾਇਦ ਉਹ ਡਿਸਟਰਬੈਂਸ ਵੀ ਕ੍ਰੀਏਟ ਕਰੂਗਾ, ਅਤੇ ਜਿਹੜਾ ਉੱਥੇ ਅਸੀਂ ਰਿਆਜ਼ ਕਰਨਾ ਅੰਮ੍ਰਿਤ ਵੇਲੇ ਉਹ ਕਿਹੜੇ ਸਾਹ ਦਾ ਕੀਤਾ ਜਾਵੇ? ਦੇਖੋ ਤੁਹਾਡੇ ਆਰੰਭਕ ਸਾਹ ਜੀ ਜਿਹਨੂੰ ਅਸੀਂ ਮੱਧ ਸਪਤਕ ਦਾ ਸਾਹ ਕਹਿੰਦੇ ਹਾਂ, ਹਾਂਜੀ, ਮੱਧ ਸਪਤਕ ਦੇ ਸਾਹ ਦਾ ਰਿਆਜ਼ ਜਿਹੜਾ ਉਹ ਕਰਨਾ ਬਣਦਾ ਹੈ ਜੀ। ਮੱਧ ਸਪਤਕ ਦੇ ਸਾਹ ਤੋਂ ਅਸੀਂ ਹੇਠਲੀਆਂ ਸੁਰਾਂ ਵੱਲ, ਜਿਹਨੂੰ ਕਿ ਅਸੀਂ ਮੰਦਰ ਸਪਤਕ ਦੀਆਂ ਸੁਰਾਂ ਵੀ ਕਹਿੰਦੇ ਹਾਂ, ਜਿਵੇਂ ਨੀ ਧਾ ਪਾ ਜੀ ਤੱਕ ਦਾ ਵੀ ਅਸੀਂ ਰਿਆਜ਼ ਜਿਹੜਾ ਉਹ ਕਰ ਸਕਦੇ ਹਾਂ, ਕਰਨਾ ਚਾਹੀਦਾ। ਜਿੰਨਾ ਅਸੀਂ ਨੀਵਾਂ ਰਿਆਜ਼ ਕਰਾਂਗੇ ਓਨਾ ਜ਼ਿਆਦਾ ਗਲਾ ਜਿਹੜਾ ਉਹ ਛੇਤੀ ਤਿਆਰ ਹੁੰਦਾ, ਆਵਾਜ਼ ਦੇ ਵਿੱਚ ਰਸ ਪੈਦਾ ਹੁੰਦਾ। ਅਤੇ ਜੇ ਅਸੀਂ ਸੋਚਦੇ ਹਾਂ ਕਿ ਜਲਦੀ ਜਲਦੀ ਜਿਹੜਾ ਸਵੇਰ ਦਾ ਰਿਆਜ਼ ਉੱਚਲੀਆਂ ਸੁਰਾਂ ਦੇ ਵਿੱਚ ਕਰੀਏ, ਜਿਹੜੀ ਸਾਡੀ ਇੱਕ ਸੋਚ ਬਣ ਜਾਂਦੀ ਹੈ ਵੀ ਅਸੀਂ ਉੱਚਾ ਹਾਈ ਪਿੱਚ 'ਤੇ ਗਾਣਾ, ਕਿਉਂਕਿ ਉਦੋਂ ਮਾਹੌਲ ਇੰਨਾ ਕੁ ਸ਼ਾਂਤ ਹੁੰਦਾ ਹੈ ਅਤੇ ਲੱਗਦਾ ਸ਼ਾਇਦ ਇਸ ਸਮੇਂ ਬਹੁਤ ਵਧੀਆ ਗਾ ਰਿਹਾ, ਉਹ ਫੀਲਿੰਗ ਵੀ ਉਸ ਵੇਲੇ ਕਿਹੋ ਜਿਹੀ ਆ ਜਾਂਦੀ ਹੈ ਜੇ ਤੁਸੀਂ ਰਿਆਜ਼ 'ਤੇ ਬੈਠਦੇ ਹਾਂ, ਥੋੜ੍ਹਾ ਜਿਹਾ ਸਾਥ ਰਿਆਜ਼ ਕਰਦੇ ਹਾਂ, ਸਾਨੂੰ ਇਹ ਇੱਕ ਫੀਲਿੰਗ ਲੱਗ ਪੈਂਦੀ ਵੀ ਠੀਕ ਆ, ਮੇਰਾ ਹੁਣ ਬਿਲਕੁਲ ਸੈੱਟ ਹੋ ਗਿਆ, ਮੈਂ ਉੱਤੇ ਜਾਣਾ ਚਾਹੁੰਦਾ ਹਾਂ। ਹਾਂ, ਜਲਦੀ ਨਾਲ ਅਸੀਂ ਹਾਈ ਪਿੱਚ 'ਤੇ ਗਾਉਣ ਦਾ ਮਤਲਬ ਅੰਦਰੋਂ ਕਾਹਲੀ ਪੈਂਦੀ ਹੈ ਜੀ, ਬਿਲਕੁਲ, ਪਰ ਨਹੀਂ ਉਹ ਜਿਹੜਾ ਬਿਲਕੁਲ ਗਲਤ ਹੈ, ਗਲੇ 'ਤੇ ਜ਼ੋਰ ਪੈਂਦਾ ਹੈ, ਹਾਈ ਪਿੱਚ 'ਤੇ ਬਿਲਕੁਲ ਰਿਆਜ਼ ਨਹੀਂ ਕਰਨਾ। ਉਹਦੇ ਨਾਲ ਕੀ ਹੈ ਵੀ ਜਿਹੜਾ ਜਿਹੜੇ ਸ਼ੁਰੂਆਤੀ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਕਈ ਵਾਰੀ ਗਲਾ ਦਰਦ ਹੋਣ ਦੀ, ਗਲਾ ਖਰਾਬ ਹੋਣ ਦੀ, ਗਲਾ ਬੈਠਣ ਦੀ ਸ਼ਿਕਾਇਤ ਜਿਹੜੀ ਆ ਉਹ ਆਮ ਕਰਕੇ ਦੇਖੀ ਜਾਂਦੀ ਹੈ ਜੀ ਜੀ। ਵੈਸੇ ਵੀ ਜੋ ਨਿਯਮਾਵਲੀ ਦੇ ਆਧਾਰ 'ਤੇ ਹੈ ਉਹ ਅਸੀਂ ਮੱਧ ਸਪਤਕ ਦੇ ਵਿੱਚ ਔਰ ਮੰਦਰ ਸਪਤਕ ਦੇ ਵਿੱਚ ਹੀ ਰਿਆਜ਼ ਜਿਹੜਾ ਉਹ ਬਹੁਤ ਵਧੀਆ ਹੁੰਦਾ, ਜਿਹਦੇ ਨਾਲ ਕਿ ਗਲਾ ਪ੍ਰੋਪਰ ਤਿਆਰ ਹੁੰਦਾ। ਇਹਦੇ ਵਿੱਚ ਕਾਹਲੀ ਦੀ ਬਿਲਕੁਲ ਲੋੜ ਨਹੀਂ ਹੈ, ਬਹੁਤ ਹੀ ਸਹਿਜ ਨਾਲ ਤੁਸੀਂ ਰਿਆਜ਼ ਕਰੋ ਜੀ ਜੀ, ਪਰਮਾਤਮਾ ਜਿਹੜਾ ਉਹ ਤੁਹਾਡੇ 'ਤੇ ਰਹਿਮਤ ਹੋਵੇ, ਤੁਸੀਂ ਇੱਕ ਚੰਗੇ ਗਾਇਕ, ਇੱਕ ਸਫਲ ਗਾਇਕ ਬਣ ਸਕੋ। ਇੱਕ ਸਮਾਂ, ਕਿਉਂਕਿ ਸਮਾਪਤੀ ਵਾਲੇ, ਇੱਕ ਆਖਰੀ ਸਵਾਲ ਮੇਰਾ ਸੀ ਤੁਹਾਡੇ ਵੱਲ ਕਿ ਜਦੋਂ ਅਸੀਂ ਕੋਈ ਵੀ ਰਾਗ ਦੇ ਵਿੱਚ, ਚਾਹੇ ਉਹ ਗੀਤ ਦੇ ਤੌਰ 'ਤੇ ਹੋਵੇ ਜਾਂ ਅਸੀਂ ਸ਼ਬਦ ਨੂੰ ਸ਼ੁਰੂਆਤ ਕਰਨਾ ਹੈ, ਉਸ ਤੋਂ ਪਹਿਲਾਂ ਸਾਨੂੰ ਘੱਟੋ ਘੱਟ ਕਿੰਨੀਆਂ ਕੁ ਸਰਗਮਾਂ ਜਿਹੜੀਆਂ ਨੇ ਉਹ ਸਾਧ ਲੈਣੀਆਂ ਚਾਹੀਦੀਆਂ ਨੇ? ਹਾਂਜੀ, ਦੇਖੋ ਅਸੀਂ ਊੜੇ ਆੜੇ ਦੀ ਗੱਲ ਕੀਤੀ ਸੀਗੀ ਜੀ, ਹੁਣ ਉਹਦੇ ਵਿੱਚ ਅਸੀਂ ਸੰਗੀਤ ਦੇ ਵਿੱਚ ਅਸੀਂ ਸਰਗਮ, ਅਸੀਂ ਊੜੇ ਆੜੇ ਨੂੰ ਵਿਆਕਰਨ ਜਿਹੜੀ ਹੈ ਸੰਗੀਤ ਦੀ ਹੈ ਅਸੀਂ ਉਹਨੂੰ ਸਰਗਮ ਕਹਿੰਦੇ ਹਾਂ, ਬਿਲਕੁਲ ਜੀ, ਅਲੰਕਾਰ ਕਹਿੰਦੇ ਹਾਂ, ਅਲੰਕਾਰ। ਘੱਟੋ ਘੱਟ 10 ਤੋਂ 12 ਸਰਗਮਾਂ ਹਰੇਕ ਸਿੱਖਿਆਰਥੀ ਲਈ ਜਿਹਨੇ ਸੰਗੀਤ ਦੇ ਵਿੱਚ ਗਾਇਨ ਸਿੱਖਣਾ ਹੈ ਉਹਦੇ ਵਾਸਤੇ ਅਤੀ ਜ਼ਰੂਰੀ ਨੇ ਜੀ ਜੀ, ਕਿ ਉਹ 10 ਤੋਂ 12 ਸਰਗਮਾਂ ਦਾ ਔਰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਕਿਸੇ ਚੰਗੇ ਅਧਿਆਪਕ ਕੋਲੋਂ, ਇੱਕ ਚੰਗੇ ਗੁਰੂ ਕੋਲੋਂ ਉਸਦਾ ਢੰਗ ਤਰੀਕਾ ਸਿੱਖੇ ਜੀ ਜੀ, ਅਤੇ ਫਿਰ ਉਸਦੀ ਗਾਈਡੈਂਸ ਦੇ ਅਧੀਨ ਰਹਿ ਕੇ ਉਹਨਾਂ 10 ਤੋਂ 12 ਸਰਗਮਾਂ ਦਾ ਬੜੇ ਸੁਚੱਜੇ ਢੰਗ ਦੇ ਨਾਲ ਰਿਆਜ਼ ਵੀ ਕਰੇ ਜੀ, ਬਿਲਕੁਲ। ਉਹ ਜੇਕਰ ਅਸੀਂ ਰਿਆਜ਼ ਕਰਨ ਤੋਂ ਬਾਅਦ ਜਿਹੜੀ ਸਾਡੀ ਪਹਿਲੀ ਪੌੜੀ ਹੈ ਉਹ ਰਾਗ ਹੋਣੀ ਚਾਹੀਦੀ ਹੈ ਕਿ ਰੀਤ ਹੋਣੀ ਚਾਹੀਦੀ ਹੈ? ਕਿਤੇ ਨਾ ਕਿਤੇ ਇਹ ਵੀ ਹੈਗਾ ਵੀ 2-3 ਸਰਗਮਾਂ ਸਿੱਖੀਆਂ ਅਤੇ ਜਿਹੜੀ ਜਾਂ ਇਹਨੂੰ ਕਹਿ ਲਈ ਵੀ ਕਿਤੇ ਨਾ ਕਿਤੇ ਕਮਰਸ਼ੀਅਲ ਹੋ ਗਿਆ ਹੈ ਵੀ ਫਟਾਫਟ ਸਰਗਮਾਂ ਕਰਾਈ ਜਾਓ, ਇੱਕ ਉਹਦੇ ਨਾਲ ਫੀਸ ਜੁੜੀ ਹੋਈ ਹੈ ਵਿਦਿਆਰਥੀ ਕੋਲ ਲਈ ਜਾ ਰਹੀ ਹੈ ਮੋਟੀ ਰਕਮ ਦੇ ਵਿੱਚ, ਅਤੇ ਨਾਲ ਹੀ ਉਹਨੂੰ ਇੱਕ ਅੱਧੀ ਰੀਤ ਵੀ ਕਰਾ ਦਿਓ, ਉਹ ਇੰਨੇ ਕੁ ਹੋ ਜਾਂਦਾ ਵੀ ਸ਼ਾਇਦ 1 ਮਹੀਨੇ ਵਿੱਚ ਹੁਣ ਇਹ ਸ਼ਬਦ ਗਾਉਣ ਯੋਗਾ ਹੋ ਗਿਆ, ਉਹ ਪਾਸੇ ਵੱਲ ਜਾਣਾ ਚਾਹੀਦਾ ਹੈ ਕਿ ਜਾਂ ਜਿਹੜੀ ਸ਼ੁਰੂਆਤ ਹੈ ਸਰਗਮਾਂ ਨੂੰ ਜਿਹੜਾ ਹੈ ਸਾਧਨ ਤੋਂ ਬਾਅਦ ਇੱਕ ਰਾਗ ਤੋਂ ਕਰਨੀ ਚਾਹੀਦੀ ਹੈ? ਦੇਖੋ ਅਸੀਂ ਇਹਨੂੰ ਕਿਸੇ ਵੀ ਰੂਪ ਦੇ ਵਿੱਚ ਲੈ ਸਕਦੇ ਹਾਂ ਜੀ, ਪਰ ਸਭ ਤੋਂ ਪਹਿਲਾਂ ਜ਼ਰੂਰੀ ਹੈ ਜਿਹੜੀ ਮੈਂ ਗੱਲ ਕਹੀ ਹੈ ਵੀ 12 ਸਰਗਮਾਂ, 10 ਤੋਂ 12 ਸਰਗਮਾਂ, ਉਹਨਾਂ ਨੂੰ ਸਾਧਨਾ ਅਤਿ ਜ਼ਰੂਰੀ ਜੀ। ਜਦੋਂ ਤੁਹਾਡੇ ਉਸਤਾਦ ਨੂੰ ਲੱਗੇ ਜਾਂ ਤੁਹਾਨੂੰ ਮਹਿਸੂਸ ਹੋਵੇ ਕਿ ਹੁਣ ਮੈਂ ਇਹਦੇ ਵਿੱਚ ਪੂਰੀ ਤੌਰ 'ਤੇ ਪਰਪੱਕ ਹੋ ਗਿਆ ਜੀ, ਇਹ 12 ਸਰਗਮਾਂ ਮੇਰੇ ਬਿਲਕੁਲ ਅੰਦਰ ਵਸ ਗਈਆਂ ਨੇ ਜੀ, ਅਤੇ ਉਸ ਤੋਂ ਬਾਅਦ ਤੁਸੀਂ ਰਾਗ ਦੇ ਵਿੱਚ ਜੇ ਤੁਹਾਡਾ ਮਨ ਲੱਗਦਾ ਵੀ ਤੁਹਾਨੂੰ ਲੱਗਦਾ ਵੀ ਤੁਹਾਨੂੰ ਰਾਗ ਹੀ ਸਿੱਖਣਾ ਚਾਹੀਦਾ ਹੈ, ਤਾਂ ਤੁਸੀਂ ਰਾਗ ਦੇ ਵਿੱਚ ਸਰਲ ਬੰਦਿਸ਼, ਸਰਲ ਸ਼ਬਦ ਜੀ ਜੀ, ਰਾਗ ਦੀ ਸੁਰਲਿਪੀ ਨੂੰ ਆਸਾਨ ਜਿਹੀ ਉਹਦੀ ਸੁਰਲਿਪੀ ਤਿਆਰ ਕਰਕੇ ਉਸ ਦੇ ਵਿੱਚ ਤੁਸੀਂ ਸ਼ਬਦ ਦਾ ਗਾਇਨ ਕਰ ਸਕਦੇ ਹੋ ਜੀ ਜੀ, ਜਿਵੇਂ ਬਿਲਾਵਲ ਰਾਗ ਹੈ ਉਸ ਨੂੰ ਅਸੀਂ ਸ਼ੁੱਧ ਰਾਗ ਵੀ ਕਹਿੰਦੇ ਹਾਂ, ਬਿਲਕੁਲ, ਉਹਦੇ ਵਿੱਚ ਤੁਸੀਂ ਇਹ ਤੁਸੀਂ ਇੱਕ ਚੰਗੇ ਸਫਲ ਗੁਰੂ ਦੇ ਕੋਲ ਜਾ ਕੇ ਜਦੋਂ ਤੁਸੀਂ ਨਿਯਮਬੱਧ ਤਰੀਕੇ ਨਾਲ ਸਿੱਖਦੇ ਹੋ ਤਾਂ ਉਹ ਆਪਣੇ ਆਪ ਹੀ ਤੁਹਾਨੂੰ ਇੱਕ ਸਹੀ ਢੰਗ ਤਰੀਕੇ ਦੇ ਨਾਲ ਰਾਗ ਦੇ ਵਿੱਚ ਵੀ ਇੱਕ ਸਰਲ ਸੁਰਲਿਪੀ ਤਿਆਰ ਕਰਕੇ ਉਹਦੇ ਵਿੱਚ ਤੁਹਾਨੂੰ ਸ਼ਬਦ ਗੁਰਬਾਣੀ ਦਾ ਜਿਹੜਾ
ਉਹ ਤੁਹਾਨੂੰ ਕਰਵਾਉਣਗੇ ਤਾਂ ਜੋ ਤੁਸੀਂ ਗੁਰਬਾਣੀ ਦੇ ਨਾਲ ਵੀ ਜੁੜੋ ਜੀ ਜੀ ਤੇ ਰਾਗ ਵੀ ਤੁਹਾਨੂੰ ਉਸਦੀ ਵੀ ਜਾਣਕਾਰੀ ਬਿਲਕੁਲ ਜੀ ਪ੍ਰਾਪਤ ਹੋਵੇ। ਸਮਾਪਤੀ ਵਾਲੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ, ਬਹੁਤ ਅਹਿਮ ਵਿਸ਼ੇ ਦੇ ਉੱਤੇ ਸਰਦਾਰ ਬਲਬੀਰ ਸਿੰਘ ਜੀ ਹੰਸਪਾਲ ਹੁਣ ਦੇ ਨਾਲ ਗੱਲਬਾਤ ਕੀਤੀ ਹੈ ਕਿ ਗੁਰਮਤਿ ਸੰਗੀਤ ਨੂੰ ਆਰੰਭ ਕਰਨ ਦਾ ਢੰਗ, ਉਹਦਾ ਰਿਆਜ਼, ਉਹਨੂੰ ਸਾਧਨ ਦਾ ਢੰਗ ਕੀ ਹੋਣਾ ਚਾਹੀਦਾ ਹੈ, ਸਮਾਂ ਸੀਮਤ ਤੱਕ ਕਿਵੇਂ ਰਿਆਜ਼ ਕਰਨਾ ਹੈ, ਰਿਆਜ਼ ਕਿੰਨਾ ਸੁਰਾਂ ਉੱਤੇ ਕਰਨਾ ਚਾਹੀਦਾ ਹੈ, ਅਤੇ ਸੁਰਾਂ ਸਾਧਨ ਤੋਂ ਬਾਅਦ ਸਰਗਮਾ ਸਾਧਨ ਤੋਂ ਬਾਅਦ ਸ਼ੁਰੂਆਤ ਇੱਕ ਰਾਗ ਵਾਲੇ ਪਾਸੇ ਜਾਣਾ ਹੈ, ਤਾਂ ਕਿਵੇਂ ਇੱਕ ਚੰਗੇ ਗੁਰੂ ਕੋਲੋਂ ਸਿੱਖਿਆ ਲੈ ਕੇ ਅਸੀਂ ਇਹਦੇ ਵੱਲ ਇਸ ਫੀਲਡ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਉਮੀਦ ਹੈ ਕਿ ਅੱਜ ਦਾ ਸ਼ੋਅ ਅਤੇ ਅੱਜ ਦਾ ਇਹ ਵਿਸ਼ਾ ਆਪ ਸਾਰੇ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੋਵੇਗਾ। ਸੋ ਮਿਲਦੇ ਹਾਂ ਅਗਲੇ ਹਫ਼ਤੇ ਇੱਕ ਫਿਰ ਨਵੀਂ ਸਿੱਖ ਸ਼ਖਸੀਅਤ ਦੇ ਨਾਲ ਇੱਕ ਨਵੇਂ ਵਿਸ਼ੇ 'ਤੇ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਸਾਂਝ ਕਰੀਜੇ ਦੇ ਵਿੱਚ ਅਕਾਲ ਚੈਨਲ 'ਤੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।